ਉਹਨਾਂ
ਕਮਾਲ ਹੈ। ਇੱਕ ਗੱਲ ਦੱਸਾਂ ਜਮੇਰ, ਤੀਹ ਤੀਹ ਹੁੰਦੀ ਤੇ ਪੁੱਤ ਪੁੱਤ ਹੀ ਹੁੰਦਾ। ਸੇਖੀ ਕਿਤੇ ਇੰਨੀ ਖੁੱਲ ਮਹਿੰਗੀ ਨਾ ਪੈ ਜਾਵੇ ਕਿ ਸਾਰੀ ਉਮਰ ਸਿਰ ਚੁੱਕਣ ਜੋਗਣਾ ਰਹਿ ਜਾਵੇ। ਸਾਡੇ ਲਈ ਤਾਂ ਧੀ ਪੁੱਤ 'ਚ ਕੋਈ ਫਰਕ ਹੀ ਨਹੀਂ ਦਰਬਾਰਿਆ, ਕੱਲ੍ਹ ਨੂੰ ਕੀ ਹੋਣਾ ਇਹ ਤਾਂ ਉਤਲਾ ਖਸਮ ਹੀ ਜਾਣਦਾ, ਪਰ ਅੱਜ ਦੀ ਘੜੀ ਧੀ ਵਾਲੇ ਦਾ ਸਿਰ ਉੱਠ। ਹਾਂਜੀ ਦੋਸਤੋ, ਇਹਨਾਂ ਦੀ ਜਿੱਤ ਦੇ ਨਾਲ ਕਰਦਿਆਂ ਮੇਲੇ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਲੈ, ਓਏ ਕਿਹੜਾ ਕੰਜਰ ਫੜਾ ਗਿਆ ਹੁਣ, ਤੇਰੀ ਧੀ ਮੇਲੇ 'ਚ ਆਵੇ ਤੇ ਕਿਸੇ ਦੀ ਮੱਤ ਨਾ ਮਾਰੀ ਜਾਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਓਏ ਉੱਥੇ ਨਾ ਦੱਸਿਆ ਜੂਤ ਫੇਰਦੇ ਸਾਲੇ ਦੇ, ਸਾਹਮਣੇ ਤੇ ਆਇਆ ਨਹੀਂ ਗਿਆ ਵੱਡੇ ਮਿਰਜ਼ੇ ਤੋਂ, ਕਿਸੇ ਜਵਾਕ ਜੇ ਦੇ ਹੱਥ ਕਲਤੀ, ਇਹਨੂੰ ਸਾਂਭ ਕੇ ਕੀ ਕਰਦਾ, ਸਿੱਟ ਪਰੇ ਪਾੜ ਕੇ। ਓਏ ਤਾਂ ਮੇਰੀ ਧੀ ਦੀ ਇਮਾਨਦਾਰੀ ਦੇ ਮੈਡਲ ਹੈ ਮੇਰੇ ਵਾਸਤੇ, ਸਿੱਟ ਕਿਵੇਂ ਦੇਵਾਂ। ਫਿਰ ਇੱਕ ਅੱਧਾ ਮੈਡਲ ਮੈਨੂੰ ਵੀ ਪੜਾ ਦੇ ਕਦੇ, ਕਮਲੀ ਨਾ ਹੋਵੇ ਤਾਂ। ਤੂੰ ਐਂ ਦੱਸ ਕੱਲ ਨੂੰ ਜ਼ਰੂਰ ਜਾਣਾ ਫਿਰ। ਹਾਂ ਹੋ, ਹੁਣ ਇਹ ਨਾ ਆਖੀ ਦੋ ਤਿੰਨ ਦਿਨ ਹੋਰ ਰੁਕ ਜਾ, ਤੇਰੀ ਆ ਖੇਡ ਦੇ ਚੱਕਰ 'ਚ ਮੈਂ ਲੇਟ ਹੋ ਗਈ, ਮੈਂ ਦੱਸਾਂ ਤੈਨੂੰ। ਤੇ ਜੇ ਮੇਰਾ ਜੀ ਨਾ ਲੱਗਿਆ ਫਿਰ? ਬਸ ਰਹਿਣ ਦੇ, ਤੇਰਾ ਵਾਸ ਚੱਲੇ ਨਾ, ਤੂੰ ਤਾਂ ਮੈਨੂੰ ਘਰ ਹੀ ਪਾ ਕੇ ਰੱਖੇ, ਜੀ ਨਹੀਂ ਲੱਗਣਾ ਜੀ। 20-25 ਦਿਨਾਂ ਦੀ ਤਾਂ ਗੱਲ ਹੈ, ਨਾਲੇ ਪੈਸੇ ਦੇ ਦੀ ਚੱਜ ਨਾ, ਐਸ਼ ਕਰਨੀ ਹੈ ਮੈਂ। ਹਾਂ ਉਹ ਤੂੰ ਕਿਹੜੀ ਐਸ਼ ਕਰਨੀ ਹੈ, ਪੈਸਿਆਂ ਨੂੰ ਤੈਨੂੰ ਕਦੇ ਰੋਕਿਆ? ਜਿੰਨੇ ਮਰਜ਼ੀ ਲੈ ਜੀ, ਜਲਦੀ ਨਾ ਹੋਵੇ ਤਾਂ। ਚਾਹ ਬਣਾਏ ਵੀ 2 ਕੱਪ। ਠੀਕ ਹੈ ਜੀ। ਪੈਸੇ ਪੂਸੇ ਤਾਂ ਨਹੀਂ ਹੋਰ ਚਾਹੀਦੇ? ਨਾ ਨਾ, ਬਹੁਤ ਹੈ ਬਹੁਤ ਹੈ ਬਾਪੂ, ਬਸ ਆ ਗਈ, ਚੱਲਦੀ ਆ। ਖੜ ਜਾ, ਧਿਆਨ ਰੱਖੀ। ਓਏ ਖੜ ਜਾ, ਓਏ ਆ, ਫੋਨ ਕਰਦੀ ਜਾ ਕੇ। ਚੰਗਾ। ਓਏ ਓਏ ਬਸ ਤਾਂ ਰੋਕ। ਟਿਕਟ ਮੈਂ ਉਹ ਤੋਰ ਲੈ ਹੁਣ, ਗਾਹ ਦੇ ਟਾਇਰਾਂ ਨੂੰ ਮਹਿੰਦੀ ਲੱਗੀ ਆ, ਇੱਥੋਂ ਸਵਾਰੀ ਚੱਕ ਕੇ ਸਿੱਧਾ ਢਾਬੇ ਤੇ ਲਾ ਲਈ, ਉਹੀ ਕਬੂਤਰ ਵਾਂਗੂ ਅੱਖਾਂ ਬੰਦ ਕਰੀਆਂ ਨੇ। ਰਾਮਪੁਰਾ, ਬਰਨਾਲਾ, ਧਨੌਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਰਾਜਪੁਰਾ, ਜੀਰਕਪੁਰ, ਚੰਡੀਗੜ੍ਹ, ਨੌਨ ਸਟਾਪ ਚਲੋ 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 ਬਾਈ। ਉਹ ਤੂੰ ਵੀ ਤੁਹਾਡੇ ਗਣਾ ਤੇ ਆ, ਹਜੇ ਕਹਿੰਦਾ ਨੌਨ ਸਟਾਪ। ਉਹ ਕੰਨਾਂ ਚੋਂ ਮੈਲ ਕਢਾ, ਮੈਂ ਨੌਨ ਸਟਾਪ ਨੀ ਨੌਨ ਸਟਾਪ ਕਿਹਾ। ਬੇਬੇ ਕਹਿੰਦੇ ਸੀ ਪਰੀਆਂ ਸਮਾਨ ਚ ਰਹਿੰਦੀਆਂ ਨੇ, ਪਤੰਦਰੋਂ ਤੁਸੀਂ ਬੱਸ ਹੀ ਚੱਕੀ ਫਿਰਦੇ ਹੋ। ਤੂੰ ਪਾ ਲੈ ਪਿੰਡਾਂ ਦੇ ਕੱਕਰ ਨੂੰ ਹੱਥ। ਬਹੁਤ ਭੀੜ ਆ ਜੀ ਬੱਸ ਚ, ਮੈਂ ਖੇਤੀ ਬਹਿ ਜਾਂਦਾ। ਹੈਲੋ, ਆਖਾਂ ਲੜਾਉਣ ਨੂੰ 216 ਕਿਲੋਮੀਟਰ ਪੈ ਰਹੇ, ਟਿਕਟ ਬੋਲੋ ਛੇਤੀ, ਗਾਹ ਵਾਲੇ ਅੱਡੇ ਤੋਂ ਪਹਿਲਾਂ ਮਸਾਲਾ ਰਗੜਨਾ ਹੁੰਦਾ ਮੈਂ। ਇੱਕ ਚੰਡੀਗੜ੍ਹ, 220, ਬੜਾ ਵੱਡਾ ਨੋਟ ਚੱਕੀ ਫਿਰਦੇ ਹੋ। ਚੱਲ ਕੋਈ ਨਾ, ਪਕਾਇਆ ਚੰਡੀਗੜ੍ਹ ਜਾ ਕੇ ਲੈ ਲਈ। ਨਾ ਮੈਂ ਤਾਂ ਭੁੱਲ ਜੂੰਗੀ। ਨਾ ਮੈਂ ਤਾਂ ਭੁੱਲ ਜੂ, ਮੈਂ ਤਾਂ ਆਪ ਭੁੱਲ ਜੂੰਗਾ। ਹੁਣ ਦੱਸੋ ਫਿਰ ਕੀ ਕਰੀਏ। ਆ ਲੈ 2 ਦੇਰੇ ਚੰਡੀਗੜ੍ਹ ਦੀਆਂ, ਤੁਸੀਂ 220 ਮੈਨੂੰ ਉੱਥੇ ਜਾ ਕੇ ਦੇ ਦਿਓ ਜੀ। ਇਹਦਾ ਕੀ ਪਤਾ ਚੋਰ ਜੇ ਦਾ, ਆਪਣੇ ਦੋਨਾਂ ਦਾ ਬਕਾਇਆ ਖਾਜੂ ਇਹ। ਓ ਹੈਲੋ, ਹੱਦ ਹੋ ਗਈ ਤੇਰੇ, ਆ ਕੀ ਗੱਲ ਕਰਤੀ ਤੈਂ, ਚੋਰ ਜਗ੍ਹਾ ਤਾਂ ਕਮਾਲ ਕਰੀ ਜਾਣਾ, ਚਵਾਨੀ ਚਵਾਨੀ ਦਾ ਹਿਸਾਬ ਕਰੀਦਾ। ਆ ਫੜ 60 ਰੁਪਏ। ਓਏ ਟਿਕਟ! ਉਹ ਜਿਹਨੇ ਪੈਸੇ ਦਿੱਤੇ ਆ ਉਹ ਤਾਂ ਬੋਲਦਾ ਨਹੀਂ, ਤੂੰ ਟਿਕਟ ਤੇ ਚੜ੍ਹ ਕੇ ਜਾਣਾ, ਗੱਲਾਂ ਕਰਦੀਆਂ। ਬੰਦਾ ਬਣ ਕੇ ਮੇਰੀ ਟਿਕਟ ਦੇ, ਨਹੀਂ ਤਾਂ ਜੁੱਤੀ ਲਾ ਲੂੰ। ਤੁਹਾਡਾ ਬੁੜਾ ਗਾਂਧੀ ਜੀ ਨਾਲ ਰਿਹਾ ਹੁਣੇ, ਦੱਸਾਂ ਕਿ ਠਹਿਰ ਕੇ? ਨਹੀਂ ਨਹੀਂ, ਮੇਰਾ ਮਤਲਬ ਹੈ ਐਡੇ ਨੇਕ ਵਿਚਾਰ ਚੱਕੀ ਫਿਰਦੇ ਹੋ, ਪੁਸ਼ਤਾ ਤੂੰ ਨਾਲ ਤੁਰੇ ਹੋਇਆ, ਕਮਾਲ ਹੈ ਬਾਈ।
ਆਲਾ ਫਾੜਾ। ਉਹ ਟਿਕਟ ਤੋਂ ਬਗੈਰ ਨਾ ਹੋਵੇ ਬਈ ਕੋਈ, ਉਹ ਬਾਂਹ ਅੰਦਰ ਕਰ ਲੈ ਫਿਰ ਲੱਕੜ ਦੀ ਲਵਾਉਂਦਾ ਫਿਰੇਗਾ। ਅਠਿਆਨੀ ਚੱਕੋ ਕਿਹਦੀ ਪਈ ਆ? ਆ ਦੇਖ ਲੈ ਬੇਬੇ, ਬਾਪੂ ਗਾਂਧੀ ਜੀ ਨਾਲ ਕੁੜੀ ਚਮਕੀਲੇ ਨਾਲ ਤੁਰੀ ਫਿਰਦੀ ਆ, ਆਹ ਤਾਂ ਹਾਲ ਆ ਇਹਨਾਂ ਦਾ। ਚੱਲ 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 ਆਉਣ ਦੇ ਚੱਲ 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 ਆ ਜਾਓ ਥੱਲੇ ਆਓ, ਆਹ ਝੋਲਾ ਚੱਕ ਲੈ ਪੈਰਾਂ ਚੋਂ ਕਿਹਦਾ। ਚਲੋ ਆਇਓ ਥੱਲੇ, ਛੇਤੀ ਕਰੋ, ਫਟਾਫਟ ਕਰੋ, ਛੇਤੀ ਕਰੋ ਥੱਲੇ ਆਓ। ਚਲੋ ਛੇਤੀ ਕਰੋ ਜੀ। ਜੋੜੀ ਜਦੋਂ ਚਵਾਰੇ ਚੜ੍ਹਦੀ ਉਹਨੂੰ ਵੇਖ ਗਵਾਂਢਣ ਸਰਦੀ, ਸਾਰੇ ਪਿੰਡ ਵਿੱਚ ਗੱਲਾਂ ਕਰਦੀ, ਉਹਦੇ ਹੌਲੇ ਪਾਰਦੀਆਂ ਬੱਚੀਆਂ ਪਾਉਂਦਾ। ਤੇਰੀ ਬੁੜੀ ਚੜ੍ਹਦੀ ਹੋ ਗਈ ਚਵਾਰੇ। ਉਹ ਚਲੋ ਛੇਤੀ ਕਰੋ, ਉਹ ਥੱਲੇ ਚਾਲਾ। ਗੱਲ ਤਾਂ ਸੁਣੋ, ਤੁਸੀਂ ਗੁੱਸਾ ਕਾਹਤੇ ਕਰ ਗਏ ਸੀ ਜੀ? ਗਵਾਂਢਣ ਸੜਦੀ ਸੜੀ ਜਾਵੇ। ਤੂੰ ਬਾੜੀ ਫੀਲਿੰਗ ਨਾ ਚੱਕ, ਪੈਸੇ ਦੱਸ ਤੇਰੀ ਟਿਕਟ ਦੇ। ਹੋ ਕਮਲੀਏ, ਉਹ ਜੱਟ ਤੇਰੀ ਸਾਰੀ ਉਮਰ ਟਿਕਟਾਂ ਭਰਨ ਨੂੰ ਫਿਰਦਾ, ਤੂੰ ਇੱਕ ਟਿਕਟ ਨੂੰ ਰੋਈ ਜਾਂਦੀ ਆ। ਨਾਲੇ ਗੱਲ ਦੱਸਾਂ, ਅੱਖਾਂ ਬਹੁਤ ਸੋਹਣੀਆਂ ਤੇਰੀਆਂ, ਸੁਰਮੋ ਚੂਨਾ ਮਰਾ ਲਈ। ਜਿਹੜੇ ਤੂੰ ਮੇਰੇ ਪੈਸੇ ਦੇਣੇ ਆ ਨਾ, ਉਹਦਾ ਲੈਕਮੇ ਦਾ ਪੈਨਸਲ ਵਾਲਾ ਸੁਰਮਾ ਲੈ ਲਈ, ਪਿਆਰ ਦੀ ਪਹਿਲੀ ਨਿਸ਼ਾਨੀ ਸਮਝ ਕੇ। ਜੁੱਤੀ ਨਾ ਲੈ ਲਾ ਫਾਜ਼ਿਲਕਾ ਦੀ। ਜੁੱਤੀ ਨਾਲ ਪੰਜੇਬਾ ਠੀਕ ਨੇ, ਪਤਾ ਕਿਉਂ? ਕਿਉਂਕਿ ਆਪਾਂ ਕਿਹੜਾ ਤੇਰੇ ਪੈਰ ਧਰਤੀ ਲੱਗਣ ਦੇਣੇ ਆ। ਓਏ ਢਿੱਲਾ ਹੈ ਕੁਛ, ਦਿਮਾਗ ਟਿਕਾਣੇ ਆ ਤੇਰਾ? ਦਿਮਾਗ ਤਾਂ ਸੁੱਖ ਨਾਲ ਕੰਪਿਊਟਰ ਵਰਗਾ ਸੀ, ਪਰ ਤੂੰ ਹੈਂਗ ਕਰਤਾ। ਹਾਏ ਨੀ, ਦਫਾ ਹੋ ਪਰੇ। ਹੋ ਸੰਗਾ ਚਿੱਲ ਕੋ ਕੇ ਕੱਟ ਲੈ ਸੀ 16 ਸਾਲ ਮੈਂ, ਬੜਾਂਦਾ ਦਿੰਦਾ ਸੀ ਡਰਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਚੱਲ ਦੁਨੀਆ ਨੂੰ ਦਈਏ ਨੀ ਹਲਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਜਦੋਂ ਹੱਸਦੀ ਤੂੰ ਬਿੱਲੋ ਨੀ ਵੀ ਪਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਕੀ ਹੋ ਗਿਆ? ਉਹ ਤੂੰ ਨਾ ਟਲਿਆ, ਕਰਤੀ ਨਾ ਬਠਿੰਡੇ ਵਾਲੀ ਤਾਂ। ਉਹ ਬਠਿੰਡੇ ਵਾਲਾ ਕੋਈ ਨੀ ਹੋਏ,
ਮੱਝ ਦਾ ਸਾਊ ਪੁੱਤ ਆ ਮੈਂ। ਆਹੋ ਮੱਝ ਦੇ ਸਾਊ ਪੁੱਤ ਨੇ ਬਿਠਾ ਦੀ ਨਾ ਖੂੰਜੇ ਲਾ ਕੇ। ਚੱਲ ਕੁੜੀਏ ਆ ਜਾ ਇੰਜਣ ਤੇ ਬਹਿ ਸਾਡੇ ਨਾਲ, ਚੱਲ ਆ ਜਾ। ਆ ਕੀ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ? ਓਏ ਤੂੰ ਆਪਦਾ ਕੰਮ ਕਰ। ਉਹ ਮੈਂ ਤਾਂ ਆਪਦਾ ਕੰਮ ਕਰ ਹੀ ਲੂੰ, ਫਿਰ ਚੀਕਾਂ ਜਾਣਾ ਮਾਰੀ ਕਲ ਜੂਗੀ ਆ ਗਿਆ। ਲੈ ਕਰ ਲਓ ਭਲਾ। ਓਏ ਫਿਰ ਉਹੀ ਗੱਲ ਦੁਬਾਰਾ, ਜਾ ਭਾਰਾ ਮਾਰ। ਬਾਓ ਰੱਬਾ ਇਹੀ ਦਿਨ ਦੇਖਣੇ ਰਹਿ ਗਏ ਸੀ। ਚਲੋ ਫਟਾਫਟ ਫਟਾਫਟ ਆ ਜਾਓ ਬਾਈ। ਉਹ ਜਿਹਨੇ ਚਾਹ ਪਾਣੀ ਛਕਣਾ 10 ਮਿੰਟ ਰੁਕਣੀ ਆ ਰਹੇ ਜੋ, ਛੇਤੀ ਕਰੋ। ਚਲੋ 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 ਛੇਤੀ ਛੇਤੀ ਛਕ ਲਓ ਚਾਹ ਪਾਣੀ, ਨਹੀਂ ਛਕਣੀ ਆ, ਫਟਾਫਟ ਕਰੋ ਵੀ ਫਟਾਫਟ। ਚਾਹ ਪਾਣੀ ਪੀ ਲਓ ਚਾਹ ਪਾਣੀ। ਆ ਵੀ ਬਠਿੰਡੇ ਵਾਲਿਆ, ਉਹ ਤੈਨੂੰ ਕਿੰਨੀ ਵਾਰ ਕਹਾਂ ਬਠਿੰਡੇ ਤੋਂ ਨਿਕਾ, ਅੰਮ੍ਰਿਤਸਰ ਤੋਂ ਮੈਂ। ਲੱਛਣ ਤਾਂ ਬਠਿੰਡੇ ਵਾਲੇ ਹੀ ਆ। ਚੱਲ ਪੀ ਲੈ ਪੀ ਲੈ, 10 ਮਿੰਟ ਰੁਕਣੀ ਆ। ਆ ਜਾਓ ਆ ਜਾਓ ਮਾਤਾ, ਆ ਜਾਓ ਜਿਹਨੇ ਆਉਣਾ। ਇੱਕ ਚਾਹ ਤੇਰੇ ਕੋਲ ਖੁੱਲੇ ਹੈ ਨੀ ਬੀਬੀ? ਨਾ। ਇੱਕ ਚਾਹ ਪਿੱਛੇ 1000 ਦਾ ਨੋਟ, ਚੱਲ ਤੂੰ ਐਵੇਂ ਹੀ ਪੀ ਲਾ। ਔਰ ਰਹਿਣ ਦੇ, ਪਾਲੀ ਕਿਸੇ ਦਾ ਆਸਾਨ ਨਹੀਂ ਲੈਂਦੀ। ਹਾਂ ਆਸਾਨ ਨਹੀਂ ਹੈਗਾ ਜੀ, ਜਿੱਥੇ 220 ਦੇਣੇ ਆ ਉੱਥੇ 232 ਦੇ ਦਿਓ। ਨਾਲੇ ਜੇ ਸੁੱਤੇ ਪਏ ਤੋਂ ਕਿਤੇ ਹੱਥ ਉੱਤੇ ਲੱਗ ਗਿਆ ਹੋਇਆ ਤਾਂ ਸੋਰੀ, ਮੈਂ ਸ਼ਕਲ ਤੋਂ ਐਵੇਂ ਦਾ ਲੱਗਦਾ, ਵੈਸੇ ਹੈ ਨੀ ਗਾ ਜੀ। ਖਾ ਲੈ, ਪੈਸੇ ਨਹੀਂ ਕੱਟਦੀ, ਪੈਸੇ ਪੂਰੇ ਹੀ ਮੋੜੂ, ਇੰਨੇ ਮਾੜੇ ਵੀ ਨਹੀਂ ਹੁੰਦੇ ਬਠਿੰਡੇ ਵਾਲੇ। ਵੈਸੇ ਵੀ ਵਾਧੂ ਸੀ, ਮੈਂ ਤਾਂ ਕਤੀਰ ਨੂੰ ਹੀ ਪਾਉਣੀ ਸੀ। ਚੱਲ ਤੂੰ ਖਾ ਲਾ। ਇੱਕ ਤਾਂ ਕੁੜੀ ਸੋਹਣੀ, ਉੱਪਰੋਂ ਬਹਾਨਾ ਲੈ ਵੀ ਦੱਸ ਗਈ ਕਿ ਪਰੌਂਠੇ ਵੀ ਸੋਹਣੇ ਬਣਾ ਲੈਂਦੀ ਆ, ਫਿਰ ਕਹੂੰਗੀ ਮੁੰਡਾ ਖਰਾਬੀਆਂ ਕਰਦਾ। ਸਾਰੀ ਬਸ ਖਾਲੀ ਪਈ, ਉੱਪਰ ਚੜ ਗਈ, ਹਿੱਲੀ ਲੱਗਦੀ ਆ ਮੈਨੂੰ। ਥੱਲੇ ਤਾਂ ਜੀ ਬਾਹਲੀ ਭੀੜ ਹੋ ਗਈ ਸੀ, ਮੈਂ ਸੋਚ ਉੱਪਰ ਆ ਕੇ ਬਹਿ ਜਾਂਦੇ ਹਾਂ। ਹਾਂ ਹੋ ਸਭ ਜਾਣਦੀ ਹੈ ਮੈਂ ਮਾਝੇ ਦਾ ਸਾਊ ਪੁੱਤ, ਬਾਹਲੇ ਡਰਾਮੇ ਦੀ ਲੋੜ ਨਹੀਂ, ਪਰੇ ਹੋ ਕੇ ਬਹਿ। ਉਹ ਮੈਂ ਵੀ ਜਾਣਦਾ ਮਾਲਵੇ ਵਾਲਿਆਂ ਨੂੰ, ਉਹ ਪੈਸੇ ਰਹਿੰਦੇ ਤੇਰੇ ਵੱਲ ਮੇਰੇ 232 ਰੁਪਈਏ, ਜੇ ਲੈ ਕੇ ਭੱਜਾਂਦੀ ਫੇਰ। ਬਸ ਤੇਰੇ 232 ਰਹਿ ਗਏ ਲੈ ਕੇ ਭੱਜਣ ਨੂੰ, ਇਹੋ ਜਿਹੀ ਨਹੀਂ ਹੈਗੀ ਮੈਂ। ਹਾਂ ਮੈਂ ਵੀ ਨਹੀਂ ਕਿਹਾ ਜਾ। ਰਹਿਣ ਦੇ, ਖਾਲੀ ਬਸ ਛੱਡ ਕੇ ਇਕੱਲੀ ਕੁੜੀ ਨਾਲ ਬੈਠਾ, ਇਹੋ ਜਿਹਾ ਨਹੀਂ ਮੈਂ। ਉਹ ਮੈਂ ਤੇਰੀ ਹੈਲਪ ਕਰਨ ਆਇਆ ਸੀ, ਜੇ ਅੱਗੇ ਸੰਗਰੂਰ ਤੋਂ ਕੋਈ ਨਾਲ ਭਈਆ ਪੈ ਜਾਂਦਾ ਨਾ, ਫਿਰ ਦੇਖਦੀ ਆਲਾ ਦੁਆਲਾ। ਉਹ ਤੇਰੇ ਪਿੱਛੇ ਬੰਦੇ ਪਏ ਸੀ ਉਹ। ਬੋਲ ਹੁਣ, ਹੋ ਗਈ ਨਾ ਬੋਲਤੀ ਬੰਦ, ਐਵੇਂ ਨਾ ਜਾਣੀ ਮੈਨੂੰ, 10 ਅੱਖਾਂ ਮੇਰੀਆਂ ਸਭ ਦੇਖਦਾ ਮੈਨੂੰ। ਹਾਂ ਉਹ ਤਾਂ ਮੇਰੇ ਚਾਚੇ ਤਾਏ ਸੀਗੇ। ਸੋਨੀਆ ਜੀ, ਹੁਣ ਜਦੋਂ ਆਪਣੇ ਰਿਸ਼ਤੇ ਦੀ ਗੱਲ ਹੋਣੀ ਲੱਗੀ ਆ ਨਾ, ਤਾਂ ਮੈਂ ਥੋਤੋਂ ਕੁਛ ਲੁਕਾਉਣਾ ਨਹੀਂ ਚਾਹੁੰਦਾ। ਮੈਂ ਤੁਹਾਨੂੰ ਦੱਸਣਾ ਸੀ, ਮੈਨੂੰ ਪਹਿਲਾਂ ਵੀ 2 ਵਾਰ ਪਿਆਰ ਹੋ ਚੁੱਕਿਆ, ਪਰ ਸਿਰੇ ਨਹੀਂ ਚੜਿਆ। ਹੁਣ ਰੱਬ ਅੱਗੇ ਕਾਹਲਾ ਜ਼ੋਰ ਨਾ ਜੀ। ਦੇਖ ਵੀਰੇ, ਵੀਰੇ ਤੇਰਾ ਜ਼ੋਰ ਜਿਹਾ ਨਹੀਂ ਚੱਲਿਆ ਹੋਣਾ, ਪਰ ਮੇਰੇ ਵਾਲਾ ਤਾਂ ਬਾਲਾ ਗੱਡ ਰਿਹਾ। ਵਿਆਹੀ ਵਰੀ ਨੂੰ ਕੱਢ ਕੇ ਲੈ ਜੂ, ਫਿਰ ਨਾ ਕਹੀਂ ਦੱਸਿਆ ਨਹੀਂ। ਹੁਣ ਜੇ ਮੈਂ ਥੱਲੇ ਜਾ ਕੇ ਗੱਲ ਕੀਤੀ ਬਾਪੂ ਜੀ ਨਾਲ, ਉਹਨਾਂ ਨੇ ਤਾਂ ਮੇਰੀ ਸਰਵਿਸ ਕਰ ਦੇਣੀ ਹੈ। ਤੂੰ ਐਂ ਕਰ, ਤੂੰ ਥੱਲੇ ਜਾ ਅਤੇ ਕਹਿ ਦੀ ਮੈਨੂੰ ਕੁੜੀ ਪਸੰਦ ਨਹੀਂ। ਵੈਸੇ ਕੀ ਨਾਮ ਆ ਜੀ ਜੀਜਾ ਜੀ ਦਾ? ਵੱਡਾ ਕਲਾਕਾਰ ਹੈ, ਪਹਿਲਾਂ ਹੀ ਮਿੰਨੀ ਮੁੰਨੀ ਬਸ ਦੀਆਂ ਗੱਲਾਂ ਕਰਦਾ ਸੀ,
ਹੁਣ ਤਾਂ ਰੇਂਜ ਰੋਵਰ ਹੈ ਉਹਦੇ ਕੋਲ। ਜੱਸੀ ਗਿੱਲ ਤੂੰ ਬਾਲੇ ਗੈਸ ਗੂਸ ਨਾ ਮਾਰ, ਹੁਣ ਜਾ ਥੱਲੇ ਜਾ। ਮੈਂ ਨਾ ਤਾਂ ਕਰ ਦਿੰਦਾ, ਤੁਸੀਂ ਮੇਰੀ ਪਲੀਜ਼ ਇੱਕ ਫੋਟੋ ਕਰਾ ਦੋਗੇ ਉਹਦੇ ਨਾਲ? ਚੱਲ ਸੋਚਾਂਗੇ, ਜਾ ਤੇ ਸਹੀ। ਸੱਚੀ ਚਿੱਟੀ ਲਾਲ ਸਰ ਉਹ ਮੇਰੀ ਜਾਨ ਖਾਈ ਜਾਂਦੇ ਸੀ, ਕਹਿੰਦੇ ਕੁੜੀ ਜੀ ਕਮੀ ਦੱਸ। ਆਪਾਂ ਕਾਰ ਚ ਉਤਰੇ, ਬੱਸ ਫੜ ਲਈ। ਚੰਗੀ ਹੋਈ, ਆਈ ਹੋਣਾ ਚਾਹੀਦਾ ਤੇਰੇ ਵਰਗੇ ਨਾਲ। ਮੇਰੇ ਵਰਗੇ ਨਾਲ ਕਿਉਂ, ਮੈਂ ਕੀ ਮਾੜਾ ਕੀਤਾ ਤੇਰੇ ਨਾਲ? ਕੀਤਾ ਕੀ ਆ, ਤੈਨੂੰ ਪਤਾ ਤੂੰ ਪ੍ਰਪੋਜ਼ ਮਾਰਿਆ ਮੈਨੂੰ। ਪ੍ਰਪੋਜ਼? ਹਾਂ ਤੈਨੂੰ। ਹਾਂ ਕਦੋਂ? ਮੈਨੂੰ ਸੁਪਨਾ ਆਇਆ ਸੀ ਕਿ ਆਪਾਂ ਬੱਸ ਚੋਂ ਉਤਰੇ ਤੇ ਤੂੰ ਮੇਰੇ ਨਾਲ ਯਾਰੀ ਲਾਉਣ ਨੂੰ ਫਿਰਦਾ ਸੀ। ਮੈਂ ਚਾਰ ਗਾਣਾ ਸਰਕਾਤੀਆਂ, ਪਰ ਤੂੰ ਤਾਂ ਜੋਕ ਵਾਂਗੂ ਚਿੰਬੜ ਹੀ ਗਿਆ। ਮੇਰੀ ਜਾਨ ਨੂੰ ਤਾਂ ਸਿਆਪਾ ਹੀ ਪੈ ਗਿਆ ਸੀ। ਸ਼ੁਕਰ ਹੈ ਬਾਬੇ ਦਾ, ਨੀਂਦ ਖੁੱਲ ਗਈ। ਵੈਰੀ ਨਾਈਸ, ਆਪ ਹੀ ਸੁਪਨਾ ਦੇਖਿਆ, ਆਪ ਹੀ ਪ੍ਰਪੋਜ਼ ਬਰਵਾਤਾ ਤੇ ਆਪ ਹੀ ਨਾ ਕਰਕੇ ਮੈਨੂੰ ਕੱਚੇ ਜਲਾਤਾ। ਹੈਂ, ਉੱਪਰੋਂ ਥੱਲੇ ਜਿਹੜੀ ਚੀਕ ਮਾਰ ਕੇ ਮੇਰੇ ਛਿੱਤਰ ਪਾਉਣੇ ਸੀ ਉਹ ਅਲੱਗ। ਵਾਹ ਨੀ ਕੁੜੀਏ, ਮੰਨ ਗਏ ਤੈਨੂੰ। ਵੈਰੀ ਨਾਈਸ ਆਈ ਹੈ ਫਿਰ। ਓਏ ਹੱਥ ਪਿੱਛੇ ਕਰ, ਹਾਏ ਹੈਲੋ ਵਾਲੀ ਕੁੜੀ ਨਾ ਸਮਝ, ਤਿੰਨ ਪੰਜ ਕੀਤੀ ਨਾ ਧੱਕਾ ਮਾਰ ਕੇ ਬੱਸ ਤੋਂ ਸਿੱਟ ਦੂੰ ਮੈਂ। ਦੇਖਤਾ ਲੈ ਪਹਿਲਾਂ। ਓਏ ਬਬਲ ਗਮ। ਹਾਂ ਥੈਂਕ ਯੂ। ਨਾ ਪਹਿਲਾਂ ਕਿੰਨੇ ਸਿੱਟੇ ਆ? ਤੂੰ ਪੀਜੀਆਈ 'ਚ ਨਰਸ ਤਾਂ ਲੱਗੀ ਕਿਤੇ? ਆਏ ਹਾਏ, ਤੈਨੂੰ ਬੜਾ ਪਤਾ ਪੀਜੀਆਈ ਦੀਆਂ ਨਰਸਾਂ ਦਾ। ਨਾ ਮੈਂ ਤਾਂ ਆਈਲੈਟ ਕਰਨ ਚੱਲੀ ਆ, ਨਾਲੇ ਮੈਂ ਤੈਨੂੰ ਕਿਉਂ ਦੱਸਾਂ? ਅੱਛਾ, ਤਾਂ ਹੀ ਸਾਡੇ ਵਰਗੇ ਵਿਹਲੇ ਘੁੰਮਦੇ ਆ। ਇੱਕ ਤਾਂ ਪੰਜਾਬ 'ਚ ਪਹਿਲੇ 1000 ਪਿੱਛੇ 800 ਕੁੜੀ ਆ, ਆ 100-200 ਬਾਹਰ ਚਲੇ ਜਾਂਦੀ ਆ, ਰਹਿ ਗਈ 600, ਉਹ 600 ਪਿੱਛੇ ਅਸੀਂ ਛਤਰੋ ਛਤਰੀ ਹੋਏ ਫਿਰਦੇ ਆ। ਹਜੇ ਕੀ ਹੈ ਪੁੱਤ, ਖੜ ਜਾ 4 ਸਾਲ। ਜੇ ਇਹੀ ਹਾਲ ਰਿਹਾ ਨਾ, ਹੁਣ ਜੋ ਕਹਿ ਦਿੰਦੇ ਹੁੰਦੇ ਹੋ ਕਿੱਲੇ ਪਿੱਛੇ 1.25 ਲੱਖ ਦਾ ਰੇਟ ਹੈ ਜੀ, ਬਸ ਗੱਲਾਂ ਹੀ ਰਹਿ ਜਾਣਗੀਆਂ। ਨਾ ਪੱਲਿਓ ਦੇ ਕੇ ਵਿਆਹ ਕਰਵਾਉਣੇ ਪਏ ਤਾਂ ਮੈਨੂੰ ਕਹਿ ਦੀ। ਆ ਦਾਜ ਦੂਜ ਆਪਾਂ ਨਹੀਂ ਲੈਂਦੇ, ਆਪਾਂ ਸਖਤ ਖਿਲਾਫ ਆ ਦਾਜ ਦੇ। ਓਏ ਤੂੰ ਤਾਂ ਬੜਾ ਚੰਗਾ ਹੋ ਗਈ, ਮੈਂ ਇੰਪ੍ਰੈਸ। ਹੁਣ ਕਿਹੜਾ ਮੈਂ ਤੇਰੇ ਨਾਲ ਵਿਆਹ ਕਰਵਾ ਲੂੰ? ਬਾਲਾ ਸਿਆਣਾ ਜਿਹਾ ਬਣਨ ਦੀ ਲੋੜ ਨਹੀਂ, ਚੁੱਪ ਕਰਕੇ ਬਹਿ ਜਾ। ਇੰਨੀ ਆਕੜ। ਵੈਸੇ ਕੁੜੀ ਸੋਹਣੀ ਵੀ ਆਕੜ ਨਾਲ ਹੀ ਲੱਗਦੀ ਆ। ਬਸ ਬਸ ਰੋਕ ਲਾ, ਹੁਣ ਗਾਹਾਂ ਕਿੱਧਰ ਦੱਬੀ ਜਾਂਦਾ। ਜਾਂਦਾ ਜਾਂਦਾ ਚੌਂਕ ਜਿਹਾ ਸੱਚੀ ਪ੍ਰਪੋਜ਼ ਨਾ ਮਾਰ ਦੇ, ਹੋਰ ਚੱਪ ਖੜਾ ਕਰੂ। ਬਕਾਇਆ ਦੇ ਕਿੰਨੇ ਆ? 50 ਰੁਪਏ ਜੀ। ਐਵੇਂ ਜਨਤਾ ਮਾਰੀ ਜਾਂਦੀ ਆ ਕਿ ਪਹਿਲੀ ਵਾਰ ਵਾਲਾ ਪਿਆਰ ਸੱਚਾ ਹੁੰਦਾ। ਮੈਨੂੰ ਤਾਂ ਮੇਰਾ ਤੀਜੀ ਵਾਰ ਵਾਲਾ ਪਹਿਲੀ ਵਾਰ ਨਾਲੋਂ ਜ਼ਿਆਦਾ ਸੱਚਾ ਲੱਗਦਾ। ਆ ਜਾ ਛੇਤੀ ਕਰੋ ਵੀ, ਛੇਤੀ ਕਰੋ। ਸਤਿ ਸ਼੍ਰੀ ਅਕਾਲ ਜੀ, ਸਾਡੀ ਤਾਂ ਡਿਊਟੀ ਲੱਗੀ ਹੋਈ ਹੈ ਜੀ ਸਰਕਾਰ ਵੱਲੋਂ, ਅਸੀਂ ਤਾਂ ਸਵਾਰੀ ਦਾ ਆਦਰਮਾਨ ਕਰਨਾ ਹੀ ਹੁੰਦਾ। ਅਜਾ ਅਜਾ ਕੰਮ ਕਰ। ਉਹ ਟਿਫਨ ਕੱਢ ਲੈ ਇੱਥੋਂ, ਕੱਢ ਹੁਣ ਟਿਫਨ। ਦੱਸ ਕੀ ਚੰਗਾ ਫਿਰ, ਟਿਫਨ ਕੱਢ ਲੈ, ਲੋਕ ਵੱਢ ਖਾਣ ਨੂੰ ਪੈਂਦੇ ਨੇ। ਜਾਣਾ ਪੈਣਾ ਜੀ? ਹਾਂ। ਓਕੇ ਓਕੇ ਜੀ। ਕੁਛ ਨਹੀਂ। ਨਾ ਦੱਸ, ਇੰਨਾ ਮੁੜ ਮੁੜ ਕੇ ਕੁਛ ਤਾਂ ਵੇਂਦਾ ਹੀ ਹੋਏਗਾ। ਕੁਛ ਨਹੀਂ, ਵੈਸੇ ਹੀ। ਕੀ ਵੈਸੇ? ਸਭ ਪਤਾ ਮੈਨੂੰ, ਚੰਗੀ ਤਰ੍ਹਾਂ ਜਾਣਦੀ ਆ ਮੈਂ ਤੇਰੇ ਵਰਗਿਆਂ ਨੂੰ। ਆਈ ਸੋਚਦਾ ਹੋਏਗਾ ਨਾ 232 ਲੈ ਕੇ ਆ ਗਈ। ਨਹੀਂ, ਆਸਾਨ ਤਾਂ ਅੱਜ ਤੱਕ ਨਹੀਂ ਰੱਖਿਆ ਪਾਲੀ ਨੇ ਕਿਸੇ ਦਾ। ਹਾਂ ਅਚਕ ਤੇਰੇ ਪੂਰੇ 234, 220 ਟਿਕਟ ਦੇ, 12 ਚਾਹ ਦੇ, ਆ 2 ਬਬਲ ਗਮ ਦੇ। ਚੰਗਾ, ਸਤਿ ਸ਼੍ਰੀ ਅਕਾਲ। ਹੈਲੋ, ਹਾਂ ਠੀਕ ਠਾਕ ਪਹੁੰਚ ਗਈ ਸੀ, ਇੱਕ ਸ਼ਰੀਫ ਜਿਹਾ ਮੁੰਡਾ ਮਿਲ ਗਿਆ ਸੀਗਾ। ਮੈਂ ਵੀ ਕੁੱਤਾ ਜਿਹਾ ਬਣ ਕੇ ਨਾ ਬੱਸ ਦੇ ਮਗਰੀ ਚੜ ਗਿਆ। ਅੱਛਾ ਲੈ, ਇਕੜਾ ਕਿਕੜਾ। ਅੱਛਾ ਐ ਦੱਸ, ਟੋਟਾ ਘੜਤੀਗਾ ਓਏ? ਬਾਲਾ ਹੀ ਘੜ, ਕੰਨ ਤੇ ਮਾਰੂ ਸਾਲ ਦੇ ਭਰਜਾਈ ਨੂੰ ਟੋਟਾ ਦੱਸਦਾ। ਸੱਚਾ ਪਿਆਰਾ ਮੇਰਾ? ਸੱਚਾ ਪਿਆਰ ਵੀ ਤੈਨੂੰ ਗਾਜਰ ਬੂਟੀ ਵਾਂਗੂ ਥਾਂ ਥਾਂ ਤੇ ਹੋ ਜਾਂਦਾ। ਉਹ ਨਹੀਂ ਯਾਰ, ਜਿਹਦੇ ਨਾਲ ਪਹਿਲਾਂ ਪਿਆਰ ਹੋਇਆ ਸੀਗਾ, ਬਾਪੂ ਨੇ ਤਾਂ ਰੱਖੜੀ ਬਣਾਤੀ, ਕਹਿੰਦਾ ਭੈਣ ਲੱਗਦੀ ਆ ਗਿੱਲਾਂ ਦੀ ਕੁੜੀ ਆ। ਉਹ ਦੂਜੀ ਜਦੋਂ ਦਾ ਵਿਆਹ ਹੋਣ ਲੱਗਿਆ ਨਾ ਤਾਂ ਮੇਰੇ ਵਰਗੇ 5-7 ਗਲੀ 'ਚ ਗਾਲਾਂ ਕੱਢਦੇ ਫਿਰਦੇ ਸੀ। ਪਰ ਇਸ ਵਾਰ ਬਾਈ ਸੱਚਾ ਪਿਆਰ ਆ ਸੱਚੀ। ਅੱਛਾ ਜਿੱਦ ਬਾਈ, ਇੱਕ ਮਿੰਟ ਯਾਰ, ਇਹਦਾ ਵੀ ਬੜੇ ਗਲਤ ਟਾਈਮ ਤੇ ਫੋਨ ਆਉਂਦਾ। ਹੈਲੋ। ਹਾਂ ਯਾਰ, ਮੈਂ ਕਿਤੇ ਬਿਜ਼ੀ ਆ, ਤੈਨੂੰ ਬਾਅਦ 'ਚ ਫੋਨ ਕਰਦਾ। ਹਾਂ ਫਿਰ ਮੈਂ ਨਾ
एक मिनट पिंकी मैं बिजी हूं यार, कितने बैठा, मैं तेनू फिर फोन करता, क्यों मेरा दिमाग चटी जानी है। हाँ, लहू पीनी जोक मेरे मगर पई है, क्यों मेरे गल च भरिया सप पे है, जा जिथे मर्जी जा दफा हो चढ़ेल किसी थां दी। फिर ना थोड़ी बाई ते सौण ते शराटे वांगू वर गई, छा गया गिल बाई, छा गया। ना ना आपा ता पैरां ते पानी भी नहीं पैण दित्ता। हां पालिया ना ओदा कैंट लगता ना पाली दे परवान। सच्ची दसा गिल भाई, मन तो औखा लगता थी। आ मोना स्वीटी ए तो झट फस जांदियां ने, पर आ पाली सत्ती सुखी इना के मगर ता वीर तक्के है, ई नहीं फसदियां। ओ काली जी वाला, कदे ता भेड़े मुंह च चज दी गल कढ लिया कर, आप ता कदे आंटी नहीं छेड़ के देखी, गल्लां करदा बड़ियां बड़ियां, थपड़ा मरूं कन ते। ल एकड़ा केकड़ा पन बोमन मैं नाला, मैं ना, मैं तेरे वांग कुड़ियां तो पैसे नहीं खांदा, बंदे का जमीर भी कुछ हुंदा, सर्त ला लो, ई कुड़ी नहीं फसदी। कुड़ी ता चाहे फसे ना फसे, पर पुत तू जरूर फस गया। ले एकड़ा किकना दस भाई, किकना हां किकना। हेलो पिंकी बूगी मेरा सोनू, ले दस फिर क्यों अजे मैं तेनू गुस्सा किया, प्यार भी तो मैं तेनू किन्ना करदा, अज आएंगी ना मिलना, जिद ना करा कर पुत। हाँ सच, कल ना मैं अलांटे माल विच एक बूट देखे, ओनली 12,999 दा यार। तू ऐदा करी अपनी मम्मी वाला क्रेडिट कार्ड ले आई, ठीक है ना। हेलो बुगी, ओ किथे मर गई तेनू पैजे पटमेड़ी। हेलो, हाँ जी प्रतीक आइलेट्स, हाँ जी पाली ना गल करवा सकते हो जी, मैं उन्होंने पिंडो बोलता, फोन स्विच ऑफ आई जाता उन्होंने। सर आप ना अपना काम करो, ऐसे तो हमें लड़कियों के पिंडो से रोज फोन आते हैं, अगर हम ऐसे नंबर देने लग गए तो साडा तो सर गया। सनी लियोनी इज डूइंग अ न्यू हिंदी मूवी, ओ थोड़ी ओ पैन नू ई नहीं हरदी मां कीती, ओ आ की करदा पंजाबी तेनू सही तरह बोलनी नहीं आउंदी, ती ती दे लगदे आ, आ जफा पाया अंग्रेजी अखबार नू, चल मेरे नाल एक कम जाके आपा। लकड़ा केकड़ा कम बाद में दसी, पहला एंदा सिखवाएगा की, भुख बहुत लगी पी थी यार, पिज्जा खाएगा, पिज्जा हां चल चल आ जा, मकड़ोनी भी खाऊंगा, हां पास्ता भी, ओ तेरा टेढ़ा कटवा, कोड़ी वाला पत्ता भी नींबू पा के। हां कच्ची पुचो लिखा तू आश कह कुड़ी देख पीजा सी आपे देख लांगे। बीबा रब दा कहर वेना, बठला नाल हुसन डोलिया थवाडे ते, गाणा आउंदा तू सेवा ना करा ली मेरे तो, मैं तेनू दसा। ओ मैडम गाउण दी गल छड्डो, ओ तां मैं तेनू सिखाई देना, पर जड्डा नखरा थवाडे चेहरे ते ना, इन्ने एक दिन तेनू स्टार बनाउणा, आपा लाया करांगे खाड़े, बनावांगे जोड़ी। नहीं टिकदा ना तू, मैनू लगदा मैडम तुसीं मैनू पछाणिया नहीं। ओ मैडम दुर्गा रंगीला तो लैके सावरकोटी तक सारे सिंगरां दे पिछे मैं गाया, अपने दुर्गा रंगीला दा गाना नहीं, और राती टुट गई नींद नाई काली कहानी मित्रां दी, उस तो बाद जिहड़ा आउंदा नहीं हाय काली कहानी मित्रां दी, ओ मैं ही ते क्या अपने उस्ताद पम्मी बाई, नी मैं पानी भरेंदियां ओ चिची दास ने कीता मैम। ओए तू कम कर आपदा। हेलो फ्रेंड्स, कैसे हो आप सारे, मारी सेल्फ सॉरी सॉरी मेरा मतलब माई सेल्फ। सत श्री अकाल जी, तू इत्थे किवें, ना हुण तेरा की मतलब सारी उम्र बसां ची सिटी भिओंदे फिरी जाइए, साडा नहीं जी करदा जहाजां झूटे लैण नूं। आ मैं बस एक बेनती है, किसी नूं दसी ना तैनूं बड्डे महाराज दी सौण लगे। वैसे किन्ने क बजे आ जाणगे तेरे बजे? आ मैं मेरा मतलब बैंड 6-7 आई जाणगे। लै फिर बरात वास्ते इन्ने क बहुत हुंदे ने, जट नाल 4 लावां लै लै, आपां ब्याह कराउने आ, सारा खर्चा मेरा, आपां बाहर चलदे आ, उत्थे जाके तू आपदा गोरा लभ ली, मेरे वास्ते गोरी में बट ते पई है। की गल जची नी गल, परे होके बह जा, पिछे आया ना सारे नु दस दो तू कंडक्टर है। ओए रौला नहीं पाई जांदा, मोटर की हुंदी है इन्हां गल्लां दी। हेलो
ਉਹ ਮੈਂ ਕੰਨ ਦੀ ਜੜ ਤੇ ਛੱਡੂ ਵੱਡਾ ਹੋਇਆ ਸ਼ਿਸ਼ੀਰਾ ਵੱਡਾ ਪੰਮੀ ਬਾਈ ਹੈਲੋ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਗਿੱਲ ਬਾਈ ਆ ਨੂਣ ਵਾਲੀਆਂ ਸੇਵੀਆਂ ਬਾਹਲੀਆਂ ਆਤਾ ਹੋਏ ਬਾਹਲਾ ਭੁੱਖੜਾ ਯਾਰ ਤੂੰ ਤਾਂ ਖਾਣ ਸੂਰਾ ਨਾ ਹੋਵੇ ਚੁੱਪ ਕਰਕੇ ਐਵੇਂ ਯਾਰ ਮੈਨੂੰ ਇੰਨਾ ਚ ਵੀ ਨਹੀਂ ਲੱਗਦੀ ਕੋਈ ਉਹ ਹੁਣ ਜੇ ਉਹ ਨਹੀਂ ਆਈ ਇਹਨਾਂ ਚੋਂ ਦੇਖ ਲੈ ਕੋਈ ਹੁਣ ਆਏ ਤਾਂ ਹੈਗਾ ਕੋਈ ਤਾਂ ਫਾਇਦਾ ਹੋਵੇ ਲੈ ਐਕੜਾ ਕਿਕਣਾ ਉਹ ਗਿੱਲ ਬਾਈ ਮੈਨੂੰ ਤਾਂ ਝੂਠੀ ਲੱਗਦੀ ਤੀ ਤੈਨੂੰ ਕੱਪ ਤਾਂ ਨਹੀਂ ਮਾਰ ਦਿੱਤੀ ਗਈ ਹੋਏ ਮੈਨੂੰ ਲੱਗਦਾ ਤੈਨੂੰ ਸਰਵਿਸ ਦੀ ਲੋੜ ਆ ਸਕੂਟਰੀ ਜੇ ਕੰਬਲ ਹੁੰਦਾ ਨਾ ਤੇਰੀ ਕਟਾਈ ਪੱਕੀ ਸੀ ਐਕੜਾ ਕਿਕਣਾ ਹੈਲੋ ਹਾਂਜੀ ਬੇਬੀ ਹਾਂ ਪਿੰਕੀ ਆ ਗਈ ਬੁੱਗੀ ਲਾਂਟੇ ਮਾਲ ਬੇਬੇ ਮਨਾ ਕਰ ਦਈਏ ਲੈ ਹੁਣ ਤੇਰੀ ਬੇਬੇ ਦਾ ਮੈਂ ਠੇਕਾ ਲਿਆ ਯਾਰ ਲਿਸਨ ਬੇਬੀ ਕਮਾਲ ਹੈ ਜਦੋਂ ਦਾ ਤੂੰ ਸਮੋਸੇ ਖਾਣੇ ਹੁੰਦੇ ਮੇਰੇ ਕੋਲੋਂ ਉਹ ਤਾਂ ਭੱਜੀ ਭੱਜੀ ਆਉਣੀ ਹੈ ਹੈ ਅੱਜ ਮੈਂ ਮੜੇ ਦੇ ਬੂਟਕੀ ਮੰਗ ਲਏ ਤੈਨੂੰ ਸਾਪੀ ਲੜ ਗਿਆ ਸੁਣੋ ਤਾਂ ਸਹੀ ਉਹ ਮੈਂ ਤੇਰਾ ਮੂੰਹ ਹੀ ਮੂੰਹ ਕੁੱਟੂ ਨਹੀਂ ਸੱਚੀ ਝੂਠ ਨਾ ਬੋਲ ਮੇਰੇ ਨਾਲ ਓਕੇ ਬਾਅਦ ਚ ਗੱਲ ਕਰਦੇ ਆ ਬਾਏ ਉਹ ਗਿੱਲ ਬਾਈ ਉਹਨੂੰ ਛੱਡ ਤੂੰ ਉਹ ਸੰਗਤਰੀ ਚੁੰਨੀ ਵਾਲੀ ਦੇਖ ਬਾਲੀ ਉਹ ਆਤਾ ਊ ਕੇ ਪਾ ਨੂੰ ਟਰਾਈ ਮਾਰ ਕੇ ਦੇਖ ਪਿੰਡ ਕਿਹੜਾ ਬਈ ਉਹ ਕਾਕਾ ਪਿੰਡ ਕਿਹੜਾ ਪਿੰਡ ਨੀ ਜੀ ਹੈਗਾ ਸ਼ਹਿਰ ਆ ਜੀ ਅੰਮ੍ਰਿਤਸਰ ਅੱਛਾ ਸ਼ਹਿਰ ਅੰਮ੍ਰਿਤਸਰ ਲਓ ਫਿਰ ਕਰੋ ਸੈਨ ਉਹ ਸੈਨ ਕਰੋ ਬਾਈ ਜੀ ਇਹ ਨੀ ਜੀ ਚਾਹੀਦਾ ਸਵੇਰ ਵਾਲਾ ਨੀ ਆਹੀ ਚਾਹੀਦਾ ਇਹਦੀ ਫੀਸ ਡਬਲ ਲੱਗਣੀ ਆ ਡਬਲ ਕਿਉਂ ਜੀ ਕਿਉਂਕਿ ਜਿਹੜੀ ਕੁੜੀ ਮਗਰ ਤੂੰ ਆਇਆ ਨਾ ਕਾਕਾ ਉਹ ਇਸੇ ਬੈਚ ਪੜ੍ਹਦੀ ਆ ਨਾ ਤੁਹਾਨੂੰ ਕੀ ਪਤਾ ਮੈਂ ਕੁੜੀ ਪਿੱਛੇ ਆਇਆ ਜੀ ਇਹੋ ਜਿਹਾ ਨਹੀਂ ਹੈਗਾ ਮੈਂ 10 ਸਾਲ ਹੋ ਗਏ ਮੈਨੂੰ ਇੰਸਟੀਚਿਊਟ ਚਲਾਉਂਦੇ ਨੂੰ ਇੱਥੇ ਅੰਗਰੇਜ਼ੀ ਸੈੱਟ ਕਰਨ ਵਾਲੇ ਘੱਟ ਤੇ ਕੁੜੀਆਂ ਸੈੱਟ ਕਰਨ ਵਾਲੇ ਵੱਧ ਆਉਂਦੇ ਆ ਨਾਲੇ ਤੁਹਾਡੇ ਸਿਰ ਤੇ ਹੀ ਬੈਠੇ ਕਾਕਾ ਕਮਾਈਆਂ ਕਮੂਈਆਂ ਕਿੱਥੇ ਇੱਥੇ ਬਸ ਆਈ ਚਲਾਈ ਆ ਹੁਣ ਦੇਣੇ ਕਿੰਨੇ ਆ ਡਬਲ ਡਬਲ ਸਾਰੀਆਂ ਬਾਹਰ ਜਾਈ ਜਾਂਦੀਆਂ ਨੇ ਜੀ ਹੁਣ ਵਿਆਹ ਤਾਂ ਕਰਾਉਣਾ ਹੀ ਆ ਇੱਥੇ ਨੀ ਤਾਂ ਉੱਥੇ ਸੀ ਆਪਾਂ ਇੱਥੇ ਵੀ ਆ ਗਏ ਉਹ ਤੂੰ ਗੱਲ ਸੁਣ ਇਹਦੇ ਲੱਛਣਾਂ ਤੈਨੂੰ ਪਤੀ ਆ ਅੱਜ ਤੋਂ ਬਾਅਦ ਤੈਨੂੰ ਘਰੇ ਛੱਡਣ ਦੀ ਜ਼ਿੰਮੇਵਾਰੀ ਮੇਰੀ ਉਹ ਨਾ ਬਾਈ ਏਦਾਂ ਨਾ ਕਰੋ ਉਹ ਇਸ ਬੀਬਾ ਨਾਲ ਤਾਂ ਮੇਰਾ ਪਹਿਲਾ ਸੁਰ ਮਿਲਿਆ ਆ ਉਹ ਮੈਂ ਤਾਂ ਬਣਾਉਂ ਇਹਨੂੰ ਕੌਰ ਵੀ ਤੂੰ ਮਤਲਬ ਕੰਨ ਤਨਾ ਖਾਲੀ ਭੱਟਾ ਬੰਟੀ ਬੈਂਸ ਗੱਲ ਸੁਣ ਲਓ ਤੁਸੀਂ ਦੋਨੇ ਮੇਰੀ ਸਹੇਲੀ ਆ ਮੇਰੀ ਇਹ ਅੱਜ ਤੋਂ ਬਾਅਦ ਜੇ ਆਸ-ਪਾਸ ਵੀ ਦੇਖੇ ਨਾ ਟਾਈਮ ਚੱਕਣਾ ਤੁਹਾਡਾ ਓਏ ਅੱਜ ਤਾਈਂ ਅਸੀਂ ਸਵਾਰੀ ਟਾਈਮ ਤੇ ਨਹੀਂ ਚੱਕੀ ਤੂੰ ਸਾਡਾ ਟਾਈਮ ਚੱਕਣ ਨੂੰ ਫਿਰਦਾ ਹੈ ਇੱਕ ਮਿੰਟ ਬੀਬਾ ਗੱਲ ਤਾਂ ਸੁਣਿਓ ਓਏ ਐ ਤੇਰੀ ਕਿਵੇਂ ਗੱਲ ਸੁਣਿਓ ਅਸੀਂ ਮਰ ਗਏ ਐਡੀ ਵੀ ਗੱਲ ਨਹੀਂ ਓ ਹੈਲੋ ਐਕਸਕਿਊਜ਼ ਮੀ ਚੰਡੀਗੜ੍ਹ 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 ਮੇਰੀ ਵੀ ਟਿਕਟ ਕੱਟ ਦੇ ਓਏ ਮੈਂ ਤੇਰੀ ਸਹੇਲੀ ਕਦੋਂ ਤੋਂ ਹੋ ਗਈ ਆ ਗਿਆ ਨਾ ਤੂੰ ਆਪਦੀ ਵਾਲੀ ਤੇ ਮੈਨੂੰ ਤਾਂ ਪਤਾ ਹੀ ਸੀ ਤੂੰ ਇੱਥੇ ਵੀ ਮੇਰੇ ਪਿੱਛੇ ਆਇਆ ਮੈਂ ਇਹਨਾਂ ਚੱਕਰਾਂ ਤੋਂ ਕੋਹਾਂ ਦੂਰ ਆ ਆਈ ਸਮਝ ਭੁਲੇਖੇ 'ਚ ਨਾ ਰਹੀ ਆ ਜੂੰਡੇ 'ਚ ਫਟ ਕੇ ਹੱਚ ਦੇ ਦੂੰ ਹਾਂ ਗੱਲ ਸੁਣ ਲਓ ਜੀ ਮੇਰੀ ਅੱਜ ਤਾਂ ਦੋ ਆਉਂਦੇ ਆ ਕੱਲ੍ਹ ਨੂੰ 50 ਆਉਣਗੇ ਨਾ ਵਰਗੇ ਸੁਖਨਾ ਬਥੇਰੇ ਤੁਰੇ ਨੇ ਘਰਦਿਆਂ ਨੇ ਬੁਲਟ ਦੇ ਕੇ ਸੋਹਣੇ ਸੋਹਣੇ ਕੁਣੇ ਛੇੜਨ ਨੂੰ ਮੈਂ ਤਾਂ ਤੁਹਾਡੀ ਜਾਨ ਬਚਾਈਏ ਨਾ ਤੂੰ ਜੇ ਇਹੀ ਗੱਲ ਆ ਨਾ ਜੀ ਮੈਂ ਕੱਲ੍ਹ ਤੋਂ ਆਪਣਾ ਬੈਚ ਚੇਂਜ ਕਰ ਲੈਣਾ ਹਾਂ ਸਤਿ ਸ਼੍ਰੀ ਅਕਾਲ ਜੀ ਉਹ ਅੱਛਾ ਜੀ ਮੈਡਮ ਇੱਕ ਤਾਂ ਮੈਨੂੰ ਆਹ ਸਮਝ ਨਹੀਂ ਆਉਂਦੀ ਵੀ ਇਹਨਾਂ ਤੇ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ ਉਹ JBL ਦੇ ਵੱਡੇ ਸਪੀਕਰ ਨਹੀਂ ਆਉਂਦੇ ਬੱਸਾਂ ਦੇ ਵਿੱਚ ਉਹ ਭਮੱਕੜ ਕਰ ਦਿੰਦੇ ਨੇ ਕੰਨਾਂ ਚੋਂ ਰੋਡ ਤੋਂ ਮਿਲਦੇ ਨੇ ਨਾਲ 30-30 ਦੇ ਦੋ ਤਵੇ ਫ੍ਰੀ ਉਹ ਤਵੇ ਕੀ ਹੁੰਦਾ ਫ੍ਰੀ ਹੈ ਮੈਂ ਤੂੰ ਵੀ ਮਾਰ ਕੇ ਇਹਦਾ ਸਿਰ ਪਾੜ ਦੇਣਾ ਮੈਡਮ ਜੀ ਖਾ ਗਈ ਉਹ ਪਾਇਰੇਸੀ ਪੰਜਾਬੀ ਸੱਭਿਆਚਾਰ ਨੂੰ ਮੈਡਮ ਜੀ ਇੱਕ ਤਾਂ ਮੈਨੂੰ ਐਨੇ ਬੜਾ ਭੰਬਲ ਭੂਸੇ 'ਚ ਪਾਇਆ ਹਾਂ ਦੱਸ ਕੀ ਪ੍ਰੋਬਲਮ ਹੈ ਤੇਰੀ ਮੈਡਮ ਜੀ ਅੰਗਰੇਜ਼ੀ ਵਾਲੀਆਂ ਮੈਡਮਾਂ ਇੰਨੀਆਂ ਸੋਹਣੀਆਂ ਕੁੰਦੀਆਂ ਸ਼ਟ ਅਪ ਆਊਟ ਚਲ ਕੱਢਾਂਗੇ ਮਜ਼ਾਕ ਕੀਤਾ ਮੈਂ ਨਾ ਮਜ਼ਾਕ ਨੂੰ ਤੇਰੀ ਸਾਲੀ ਲੱਗਦੀ ਹੈ ਮੈਡਮ ਮਜ਼ਾਕ ਕੀਤਾ ਸੀ ਚਲ ਇੱਥੋਂ ਤੁਰਦਾ ਬਣ ਨੌਨਸੈਂਸ ਬਦਤਮੀਜ਼ ਪਾਗਲ ਚੰਡੀਗੜ੍ਹ ਚੰਡੀਗੜ੍ਹ ਨੌਨ ਸਟਾਪ ਸ਼ਟ ਅਪ ਹੈਡਫੋਨ ਲਗਾ ਕੰਨ ਨੂੰ ਓ ਅੱਛਾ ਜੀ ਤੂੰ
ਤਾਂ ਬੈਚ ਬਦਲਣ ਵਾਲਾ ਸੀ। ਕੋਈ ਨਹੀਂ, ਕਰ ਲੂੰਗਾ ਮੈਂ। ਚੱਲ ਰਹਿਣ ਦੇ, ਤੂੰ ਵੀ ਕੀ ਯਾਦ ਕਰੇਂਗਾ? ਸੌਰੀ ਵੀ ਆਖਾਂ ਕਿ ਸਾਰ ਲਏਗਾ? ਸਾਰ ਲੂੰਗਾ। ਚੱਲ ਹੁਣ ਤੂੰ ਕਹਿੰਦਾ ਤਾਂ ਤੇਰੇ ਤੇ ਟਰਸਟ ਕਰ ਰਹੀ ਹਾਂ, ਤੋੜੀ ਨਾ। ਆਪਾਂ ਤਾਂ ਕਦੇ ਡੱਕਾ ਨਹੀਂ ਤੋੜਿਆ, ਟਰਸਟ ਕੀ ਤੋੜਨੀ ਆ। ਹੋਰ ਦੱਸੋ ਕੀ ਹੈ ਮੈਡਮ? ਉਹ ਦੇਖੋ ਡਿਸਟਰਬ ਕਰੀ ਜਾਂਦੇ ਨੇ, ਲਾਹੌਰ ਨੂੰ ਕੱਲੇ ਨੂੰ ਥੱਲੇ, ਪੜ੍ਹਾਈ ਦਾ ਟਾਈਮ ਹੈ। ਪਰਵਾਨ ਐਵੇਂ ਮਾਰੀ ਜਾਂਦਾ ਜੀ ਇਹ। ਕਿੱਥੇ ਰਹਿਣੀ ਹੈ ਵੈਸੇ ਤੂੰ? ਮੈਂ ਛੱਡਿਆ ਉਹਨਾਂ ਤੈਨੂੰ। ਡਰਨਾ, ਕਿਰਾਇਆ ਨਹੀਂ ਮੰਗਦਾ। ਵੈਸੇ ਗੱਲ ਕਹਾਂ, ਅੰਮ੍ਰਿਤਸਰ ਵਾਲੇ ਵੀ ਇਹਨੇ ਮਾੜੇ ਨਹੀਂ ਹੁੰਦੇ, ਸੱਚੀ। ਠੀਕ ਹੈ, ਚੱਲ ਫਿਰ। ਸੋਹਣਾ ਮੌਸਮ ਦਿਨ ਨਵਾਂ, ਸੋਹਣਾ ਸੋਹਣਾ ਏ ਸਮਾਂ, ਵਾਲਾਂ ਨੂੰ ਛੂਏ ਹਵਾ, ਰੁਕ ਗਿਆ ਏ ਜਹਾਂ। ਜਦੋਂ ਦਾ ਤੂੰ ਮਿਲ ਗਿਆ ਯਾਰਾ, ਸਾਨੂੰ ਜਗ ਲੱਗਦਾ ਏ ਹੋਰ ਵੀ ਪਿਆਰਾ। ਤੇਰੇ ਨਾਲ ਜੀਣਾ ਏ ਯਾਰਾ, ਤੇਰਾ ਦੀਦਾਰ ਜ਼ਰੂਰੀ ਹੈ, ਹੋਰ ਕੁਝ ਮੰਗਾ ਨਾ ਰੱਬ ਤੋਂ, ਬਸ ਤੇਰਾ ਪਿਆਰ ਜ਼ਰੂਰੀ ਹੈ। ਤੇਰੇ ਨਾਲ ਜੀਣਾ ਏ ਯਾਰਾ, ਤੇਰਾ ਦੀਦਾਰ ਜ਼ਰੂਰੀ ਹੈ, ਹੋਰ ਕੁਝ ਮੰਗਾ ਨਾ ਰੱਬ ਤੋਂ, ਬਸ ਤੇਰਾ ਪਿਆਰ ਜ਼ਰੂਰੀ ਹੈ। ਖਾਬਾਂ ਨੇ ਮੇਰਾ ਤੇਰਾ ਮੈਨੂੰ ਚਿਹਰਾ ਦਿਖਾਇਆ ਸੀ, ਲੱਗ ਰਿਹਾ ਸੀ ਸੱਚ ਮੈਨੂੰ, ਜਿਵੇਂ ਗਲੇ ਨਾਲ ਲਾਇਆ ਸੀ। ਖਾਬਾਂ ਨੇ ਤੇਰਾ ਮੇਰਾ ਮੈਨੂੰ ਚਿਹਰਾ ਦਿਖਾਇਆ ਸੀ, ਲੱਗ ਰਿਹਾ ਸੀ ਸੱਚ ਜਿਵੇਂ ਮੈਨੂੰ ਗਲੇ ਨਾਲ ਲਾਇਆ ਸੀ। ਸੁਬਹ ਵੀ ਮੇਰੀ ਰੰਗੀਨ ਹੋ ਗਈ, ਰੌਸ਼ਨੀ ਸੂਰਜ ਦੀ ਵੀ ਹਸੀਨ ਹੋ ਗਈ। ਤੂੰ ਮੇਰੇ ਕੋਲ ਸਦਾ ਸੱਜਣਾ, ਸਾਡੇ ਵਿਚਕਾਰ ਨਾ ਦੂਰੀ ਹੈ, ਹੋਰ ਕੁਝ ਮੰਗਾ ਨਾ ਰੱਬ ਤੋਂ, ਬਸ ਤੇਰਾ ਪਿਆਰ ਜ਼ਰੂਰੀ ਹੈ। ਦਿਲ ਨੂੰ ਦਿਲ ਦਾ ਸਕੂਨ ਮਿਲਦਾ ਹੈ ਮੇਰੇ ਦਿਲ ਜਾਨੀਆਂ, ਮੇਰੀ ਬਾਹਾਂ ਤੇ ਮੇਰੀ ਰਾਹਾਂ ਤੇ ਤੇਰੀ ਨਿਸ਼ਾਨੀਆਂ। ਦਿਲ ਨੂੰ ਦਿਲ ਦਾ ਸਕੂਨ ਮਿਲਦਾ ਹੈ ਮੇਰੇ ਦਿਲ ਜਾਨੀਆਂ, ਮੇਰੀ ਬਾਹਾਂ ਤੇ ਮੇਰੀ ਰਾਹਾਂ ਤੇ ਤੇਰੀ ਨਿਸ਼ਾਨੀਆਂ। ਪਾਣੀ ਚੋਂ ਦਿਸਦੀ ਹੈ ਸੂਰਤ ਓ ਤੇਰੀ, ਤੇਰੇ ਨਾਲ ਜ਼ਿੰਦਗੀ ਖੂਬਸੂਰਤ ਹੈ ਮੇਰੀ। ਆਸਿਆਂ ਨੂੰ ਮਨਾ ਲਈਏ ਇਹ ਬੇਕਾਰ ਜ਼ਰੂਰੀ ਹੈ, ਹੋਰ ਕੁਝ ਮੰਗਾ ਨਾ ਰੱਬ ਤੋਂ, ਬਸ ਤੇਰਾ ਪਿਆਰ ਜ਼ਰੂਰੀ ਹੈ। ਉਹ ਜੱਟ ਘੱਟ ਕਾਣੇ ਬੱਲੀਏ, ਉਹ ਗਿੱਲ ਆ ਕਿਆ ਹੋਏ? ਯਾਰ ਤੇਰੀ ਭਰਜਾਈ ਦੀ ਬੰਗ ਟੁੱਟ ਗਈ। ਅੱਛਾ, ਤੇ ਆਪ ਜੀ ਚੱਕ ਲਏ ਹੈ? ਹੋਰ ਯਾਰ, ਮੈਂ ਤਾਂ ਤੇਰੀ ਟੁੱਟੀ ਬੰਗ ਵੀ ਨਹੀਂ ਜਰੀ ਗਈ। ਉਹ ਗਿੱਲ ਸਭ ਡਰਾਮੇ ਆ ਇਹ, ਨਾਲੇ ਅੱਕਣਾ ਕਿੱਕਣਾ ਬਾਈ, ਜਿੱਦਣ ਸੱਚੀ ਪਿਆਰ ਹੋ ਗਿਆ ਨਾ, ਉਦਣ ਦੇਖੀ ਫਿਰ ਚੀਕਾਂ ਨਿਕਲਦੀਆਂ। ਉਹ ਇੰਨਾ ਟਾਈਮ ਤਾਂ ਗਵਰਨਮੈਂਟ ਮੰਡੀਆਂ 'ਚੋਂ ਝੋਨਾ ਚੱਕਣ ਤੇ ਨਹੀਂ ਲਾਉਂਦੀ, ਜਿੰਨਾ ਟਾਈਮ ਤੂੰ ਲਾ ਰਿਹਾ। 20 ਦਿਨ ਹੋ ਗਏ ਤੈਨੂੰ ਉਹਦੇ ਨਾਲ ਧੱਕੇ ਖਾਂਦੇ ਨੂੰ, ਉਹ ਹੁਣ ਤਾਂ ਪ੍ਰਪੋਜ਼ ਕਰਦੇ ਪ੍ਰਧਾਨ। ਆ ਮੈਂ ਤੇਰੇ ਨਵੇਂ ਬੂਟ ਪਾਉਣ ਲੱਗੇ ਤੀ ਯਾਰ। ਉਹ ਤੂੰ ਥੱਪੜੇ ਨਾ ਖਾਈ, ਇੱਧਰ ਫੜਾ, ਮੇਰੀ ਬੁੱਗੀ ਨੇ ਮਸਾਂ ਲੈ ਕੇ ਦਿੱਤੇ ਲਾਂਟੇ ਮਾਲ 'ਚੋਂ। ਲੈ ਵੱਡਾ ਆਇਆ। ਓਹ, ਤੁਹਾਨੂੰ ਕੀ ਲੱਗਦਾ ਹਾਂ ਕਹਿ ਦੂਗੀ ਉਹ? ਹਾਂ ਕਰ ਦੂ, ਐਕਣਾ ਕਿੱਕਣਾ, ਮੈਨੂੰ ਤਾਂ ਲੱਗਦਾ ਨਾ ਕਰੂਗੀ ਪੱਕਾ। ਚੱਕ ਬੜਾ ਪਹਿਲਾਂ ਦੀ ਕਰੀਏ ਨਾ, ਖੜ ਜਾ ਇਹਦੇ ਤੇ ਪਾ ਓਏ। ਨਹੀਂ, ਉਹ ਕਰ।
ਇਹਨੂੰ ਕੀ ਪਤਾ ਚਮਕਿੱਦੜ ਜੇ ਨੂੰ ਵੈਲੈਂਟਾਈਨ ਤਾਂ ਇਹ ਨਿਕਲਦੇ ਆ ਜਿਵੇਂ ਸ਼ਰਾਬੀ ਦੇ ਨਰਾਤਿਆਂ 'ਚ ਦਿਨ ਨਿਕਲਦੇ ਹੁੰਦੇ ਆ। ਉੱਤੋਂ ਸਲਾਮਾਂ ਹੋਰ ਦਿਓ। ਤੂੰ ਐਂ ਕਰ, 250 ਦੇ ਫੁੱਲ ਲੈ ਤੇ ਜਾ ਕੇ ਉਹਦੇ ਮੱਥੇ ਮਾਰ। ਉੱਠੋ ਸਕੂਟਰੀ, ਚਾਹ ਫੁੱਲ ਲੈ ਕੇ ਆਈਏ। ਇੱਕੜਾ ਕਿੱਕੜਾ, ਇੱਕ ਤਾਂ ਮਾਰ ਮਾਰ ਤੁੰਬੜ ਮਚਾਤਾ, ਮੈਂ ਨਹੀਂ ਜਾਂਦਾ। ਉਹ ਇਹਨੂੰ ਕਿਉਂ ਲੈ ਕੇ ਜਾਂਦਾ ਕਾਲੀ ਜੀਭ ਵਾਲੇ ਨੂੰ? ਆਪਾਂ ਚੱਲਦੇ ਹਾਂ। ਉਹ ਮੇਰੀ ਗੱਲ ਸੁਣੋ, ਜੇ ਮੇਰੀ ਬੁੱਗੀ ਵਾਲੇ ਬੂਟ ਪਾਏ ਨਾ ਤਾਂ ਦੇਖੀ ਤੇਰੀ ਕੀ ਹਾਲਤ ਹੁੰਦੀ ਹੈ। ਜੇ ਮੇਰੀ ਬੁੱਗੀ ਵਾਲੇ ਬੂਟ ਪਾਏ ਨਾ ਦੇਖੀ ਤੇਰੀ ਕੀ ਹਾਲਤ ਹੁੰਦੀ ਹੈ। ਇੱਕੜਾ ਕਿੱਕੜਾ, ਸਕੂਟਰੀ ਨੂੰ ਰੋਕ ਲੈਣਗੇ ਬੂਟ ਪਾਉਣ ਤੋਂ। ਬੁੱਗੀ ਵਾਲੇ ਬੂਟ ਪਾ ਲਿਓ ਘੈਂਟ। ਓਏ ਆ ਕੀ ਓਏ, ਤਾਂ ਫੇਰ ਪਾ ਲੈ ਬੂਟ ਵਿੱਚ। ਉਹ ਥੋੜਾ ਲੈ ਦੇ ਕਰੀਏ, ਉਹ ਗੱਲ ਤੇ ਹੋ ਗਈ ਕਰੀਏ ਤੇ। ਅੱਛਾ ਤੇ ਗਿੱਲ ਮਾਤਾ ਤਾਂ ਧੱਕੀਆਂ ਖਾ ਜੇ ਉਹਨੂੰ। ਹਾਂਜੀ ਕਿੱਦਾਂ? ਵਧੀਆ। ਓਪ, ਮੈਂ ਨਾ ਪਹਿਲੇ ਤੇਰੇ ਨਾਲ ਗੱਲ ਕਰਨੀ ਸੀ। ਲੈ, ਮੈਂ ਵੀ ਤੈਨੂੰ ਕੁਝ ਕਹਿਣਾ ਸੀ। ਰੋਜ਼ ਸੌਣ ਲੱਗੇ ਸੋਚਦੀ ਵੀ ਕੱਲ ਕਹੂੰ ਪਰ ਫੇਰ ਭੁੱਲ ਜਾਂਦੀ ਆ। ਚੱਲ ਤੂੰ ਦੱਸ ਪਹਿਲਾਂ। ਮੈਨੂੰ ਲੱਗਦਾ ਪਹਿਲੀ ਆਪਾਂ ਸੇਮ ਹੀ ਗੱਲ ਕਰਨੀ ਆ, ਚਾਹੇ ਤੂੰ ਦੱਸ ਤੇ ਚਾਹੇ ਮੈਂ ਦੱਸਦਾ, ਗੱਲ ਇੱਕੋ ਹੀ ਆ। ਚੱਲ ਭਰਾ ਤੂੰ ਦੱਸ। ਮੈਂ ਸੋਚ ਰਹੀ ਸੀ ਅੱਜ ਕੱਲ ਦੇ ਮੁੰਡੇ ਤਾਂ ਬਿਨਾਂ ਜਾਣ ਪਛਾਣ ਪ੍ਰਪੋਜ਼ ਮਾਰਦੇ ਫਿਰਦੇ ਆ। ਜੇ ਕਿਸੇ ਨਾਲ 10 ਦਿਨ ਘੁੰਮ ਲਓ ਫਿਰ ਤਾਂ ਬਸ ਕੁੜੀ ਉਹਦੀ ਹੋ ਗਈ। ਪਰ ਇਸ ਪਾਸੇ ਤੂੰ ਨੰਬਰ ਲੈ ਗਿਆ, ਅੰਬਰ ਸਰੀਆ ਜੈਂਟਲਮੈਨ ਨਿਕਲਿਆ ਤੂੰ। ਇਹੋ ਜਿਹੀ ਕੋਈ ਸੜੀ ਜੀ ਗੱਲ ਨਹੀਂ ਕੀਤੀ। ਗੁੱਡ ਆ। ਚੱਲ ਹੁਣ। ਜੁੱਤੀ ਨਾਲ ਤੇਰਾ ਮੂੰਹ ਕੁੱਟਦਾ ਹੋਵੇ। ਕਸਰ ਵੀ ਨਹੀਂ ਛੱਡੀ ਕੋਈ। ਕੁਛ ਨਹੀਂ, ਤੂੰ ਵੀ ਕੁਛ ਕਹਿਣਾ ਸੀ, ਬੋਲ। ਮੈਂ ਭੁੱਲ ਗਿਆ। ਆਪਦੀ ਤਾਰੀਫ ਸੁਣ ਕੇ ਭੁੱਲ ਗਿਆ ਹੈ ਨਾ? ਹਾਂ ਹੈ ਨਾ? ਹਾਂ। ਚੰਗਾ, ਮੈਂ ਕਲਾਸ ਚੱਲਦੀ ਹਾਂ। ਜਿਹਨੂੰ ਬੁਰਾ ਲੱਗਾ ਸਮਝ ਲਾਓ ਕਿ ਦਿਲ ਮਾ ਕੁਛ ਨਾ ਕੁਛ ਹੈ। ਵਾਓ ਸਕੂਟਰੀ, ਪਹਿਲੀ ਵਾਰ ਕੋਈ ਚੱਜ ਦੀ ਗੱਲ ਕੀਤੀ ਆ। ਆ ਕੇ ਕਵਾਂ ਤੈਨੂੰ ਮੋਮੋਸ। ਯਾਰ ਭੁੱਖ ਲੱਗੀ ਹੈ, ਪੈਸੇ ਹੈਗੇ ਤੇਰੇ ਕੋਲ? ਮੇਰੇ ਤਾਂ ਮੁੱਕੇ ਪਏ ਤੀ ਯਾਰ। ਜੇ ਤੇਰੇ ਮੁੱਕੇ ਪਏ ਹੁੰਦਾ ਸਾਲਾ ਤੂੰ ਸੁਧਰਿਆ ਨਾ ਹੁੰਦਾ। ਪੈਸੇ ਮੁੱਕੇ ਪਏ ਤੀ। ਓ, ਅੱਜ ਤਾਂ ਜੀ ਕਲਾਸ ਹੀ ਪੀੜੀ ਬਹੁਤ ਆ, ਮੈਂ ਸੋਚਿਆ ਇੱਥੇ ਬਹਿ ਜਾਣਾ। ਸ਼ੁਕਰ ਹੈ ਤੁਹਾਨੂੰ ਵੀ ਪਤਾ ਲੱਗਾ ਵੀ ਮੈਂ ਵੀ ਹਾਂ ਇਸ ਕਲਾਸ ਵਿੱਚ। ਪਤਾ ਤਾਂ ਮੈਨੂੰ ਬਹੁਤ ਦੇਰ ਦਾ ਜੀ, ਮੈਨੂੰ ਅੱਜ ਥੋੜੀ ਗਾਟੀ ਗੁਟੀ ਨਾ ਪਈ ਹੋਵੇ ਕਿਤੇ, ਹੋਰ ਕਿਤੇ ਮੇਰੇ ਚੌਥੇ ਵਾਲਾ ਪਿਆਰ ਵੀ ਅਧੂਰਾ ਰਹਿ ਜਾਵੇ। ਮੈਥੋਂ ਤਾਂ ਦਾਰੂ ਵੀ ਨਹੀਂ ਪੀਤੀ ਜਾਣੀ ਜੀ, ਵੈਸ਼ਨੂ ਆ ਨਾ ਮੈਂ। ਅੱਛਾ ਜੀ, ਨਾਲੇ ਕਿਸੇ ਨੂੰ ਗੱਲ ਕਹਾਂ ਜੀ। ਹਾਂਜੀ, ਤੁਸੀਂ ਸੋਹਣੇ ਬਹੁਤ ਹੋ। ਤੁਸੀਂ ਵੀ ਪਿਆਰੇ ਬਹੁਤ। ਥੈਂਕ ਯੂ। ਮੈਂ ਤੂੰ ਹੀ ਰਾਂਝਾ ਰਹਿ ਗਿਆ ਹੈ, ਫੇਰ ਕਹਿੰਦੇ ਜੱਟਾਂ ਦੇ ਮੁੰਡੇ ਬਸਾਂ ਤੇ ਲਿਆ ਮਰਦੇ ਨੇ, ਹੋਰ ਸਾਡੇ ਕੋਲ ਇੱਕ ਨਹੀਂ ਤੂੰ ਦੋ ਸਾਂਭੀ ਫਿਰਦਾ। ਆ ਤਾਂ ਗਲਤ ਆ ਵੀਰੇ, ਦੇਖ ਸਾਡੀ ਕਿੱਦਾਂ ਤੂੰ ਵੀ ਵੱਜੇਗੀ। ਪਹਿਲਾਂ ਸਾਡੀ ਉਸ ਕੁੜੀ ਤੇ ਅੱਖ ਆਈ, ਤੂੰ ਉੱਥੇ ਰੱਖ ਲਈ। ਹੁਣ ਸਾਡੀ ਐਸ ਕੁੜੀ ਤੇ ਅੱਖ ਆਈ, ਤੂੰ ਇੱਥੇ ਰੱਖ ਲਈ। ਸਾਡਾ ਗਰੀਬਾਂ ਦਾ ਕੀ ਬਣੂਗਾ? ਸਾਡੇ ਤੋਂ ਕੀ ਮਤਲਬ ਹੈ ਐਸ ਗਰੀਬ ਦਾ? ਹੱਥ ਜੋੜ ਕੇ ਕਹਿੰਦਾ ਇਹਨੂੰ ਨਾਲ ਬਿਠਾਇਆ ਨਾ ਕਰਨੀ, ਤੁਕਦੀ ਤੁਕਦੀ ਅੱਗ ਤੇ ਤੇਲ ਪਾਇਆ ਨਾ ਕਰਨੀ। ਹੁਣ ਤੂੰ ਬਾਲਾ ਧਰਮਪ੍ਰੀਤ ਨੂੰ ਜੱਫਾ। ਕੀਪ ਕੁਆਇਟ ਸਟੂਡੈਂਟਸ, ਇਹ ਕੀ ਸ਼ੋਰ ਮਚਾਇਆ ਹੋਇਆ? ਉਹ ਕਾਹਦਾ ਕੀਪ ਕੁਆਇਟ ਮੈਡਮ, ਸਮਝ ਲਓ ਬਸ ਅਸਤਾ ਲੁੱਟੇ ਗਏ ਮੈਡਮ। ਮੈਡਮ ਸਾਡਾ ਤੁਸੀਂ ਬੈਜ ਹੀ ਚੇਂਜ ਕਰ ਦਿਓ ਨਾ, ਇੱਥੇ ਤੁਹਾਨੂੰ ਕਾਹਦੀ ਸਮਝ ਨਹੀਂ ਆਉਂਦੀ? ਇਹਦੀ ਸਮਝ ਨਹੀਂ ਆਉਂਦੀ? ਆ ਮੈਡਮ, ਦੋ ਕੁੜੀਆਂ ਦੇ ਕਾਗਜ਼ ਪੱਤਰ ਪੂਰੇ ਸੀ, ਦੋਹੀ ਇਹ ਸਾਹਮਣੇ ਬੈਠਾ, ਅਸਾਂ ਬਸ ਫ੍ਰੀ ਚ ਐਡਮਿਸ਼ਨ ਲਈ ਫਿਰਦੇ ਹਾਂ। ਸਿਟ ਡਾਊਨ। ਕਾਹਦਾ ਸੈਟ ਅਪ, ਕਾਹਦਾ ਸਿਟ ਡਾਊਨ ਜੀ? ਤੁਹਾਡੇ ਪ੍ਰਿੰਸੀਪਲ ਨਾਲ ਪਹਿਲਾਂ ਗੱਲ ਕਰਕੇ ਇੱਥੇ ਐਡਮਿਸ਼ਨ ਲਈ ਸੀ, ਕਿੱਥੇ ਉਹ? ਮੇਰੀ ਗੱਲ ਕਰਾਓ, ਮੈਂ ਕਰਦਾ ਗੱਲ ਹੁਣੀ। ਕਮਾਲ ਹੈ ਭੈਣ ਜੀ। ਯੈਸ। ਆ ਵੈਸੇ ਤੁਸੀਂ ਕੁਆਰੇ? ਗੈਟ ਆਊਟ।
हाँ हाँ क्लास तो बहुत बढ़िया चल रही है। और तू दस है सच्ची? ओके बाय। किधर फोन सी? तू की सोचदा तेरे कल्ले कोल है कोई हस हस के गल्ला करन ली? साडे कोल भी हैगा। तेनु करे छड्या मैं? तू अन्नू छड्। अच्छा मच गई मलमैन, किवें हो? तुसी मेरा वेट करदे सी। और किदी वेट करनी है मैं? चलिए चलो आ जाओ। इना दा कुछ नहीं हो सकता पागल। तुसी ना जी बहुत क्यूट हो। तुसी भी बहुत प्यारे हो। थैंक यू। हेलो परवान, मेरे फ्लैट दी चाबी गवाच गई। चाबी खो गई? हां चाबी चुबी कोई नहीं, मेनू पता तू बची है तो भैया। हां मैं आ जाना, कोई चक्कर नहीं, आ गया मैं। हां ओह मैं ना तने गल कहनी सी। मैं थोड़े लाइक निगा, तुसी मेरे तो बेटर मुंडा डिजर्व कर दे हो। मैं थोड़ी लाइफ नहीं खराब करना चाहता, मैं चलता। पैसे ले ली गुड्डी से चंगा। ओ हेलो उत्तरी ऐडा जिंदा, मेरी बेबे दा है। लगता तेरी बेबे को तगड़े खजाना होना जेड़ा ऐडा जिंदा लाया। ये तो टुटदा तोड़ना निगा, चाबी वाले तो खुलवाना है। चाबी वाला वाह, टाइम नहीं मिलना कोई चाबी वाला। फिर हूँ आप करते हैं जी, कोई चक्कर नहीं कोई चक्कर नहीं। एक मिनट हूने करता। सत श्रीकाल जी, रूम चाहिए जी, पुलिस का बड़ा चक्कर है। तुसी मेरे गलत समझ गए, साढ़े ना रूम की चाबी खो गई तो सानू रूम चाहिए। इतने सब दिया चाबियां गवास दिया ने। ओ भरा मैनू वो वाला रूम नहीं चाहिए। बाबी जी हूँ चले गए। ओ पाली सॉरी पाली, मैनू नहीं पता सी एवें दा होटल है यार, आपां कितें होर चले चलदे आ। नहीं रहण दे, एवें बदनामी वाली गल है। चल आपां एवें गेड़ी गुड़ी मार के टाइम पास करदे आ। हैं बल्ले परवान सिया, आ किहदे वास्ते? अमन ले कल इत्थों तक पहुँच गई। ले अमन ही रह गई गुलदस्ता देण नूं, जणे खण नाल कुलचे छोले खांदी फिरदी आ उह, आपां नूं नहीं पसंद। इह तां मैं किसे दे विआह जाणा सीगा, उह जाया नहीं गया, पैसे भी खर्च के कम भी नहीं आए। जे कम लेके दिखा दिया फिर किमें तो चलता सही। हां तू तो कहीं तेन चंडीगढ़ जानदा नहीं कोई। मैं तेन कदों क्या मैं जान दे है? तू मरवाई किमें लगता? आज चंगा लगता किसी ब्याह फ्री रोटी खानी है? 200-400 लगू तेन रोटी मैं आप खवा दूंगा, आप नहीं करते हजे कम। गिल खाना बहुत स्वाद है यार, परसों वाला बहता कुछ भी नहीं सीधे सामने। मैं कहना शाही पनीर वाले तो चिप्पी कटे पे ने, नाले कई पांता दा जूस, मैं ते आता 4-4 ग्लास ना के। ओ गिल भाई पूरी नेरी फल के आए। हां ए कौन वीरे, मैं पहचाना नहीं तन्नू। क्यों भूल गया लेरे गगे वाले फफड़ नु? हां कुड़ी की नाल है तेरे यार नहीं भूल गया? इन्ना शरीफ बनना सी ता इन्हां नु समझा के आंदा। नहीं मैं मुक्की मर दूं ना दे परजाई नाल इंट्रो तो करा देंदा। गिल भाई भाभी तो बाली वाती की एक ही भैन भुन है कोई सोटी। तेन हूने अपना साडू है मग च मरी जाना। क्या गिल यार हुई ਵਿਆਹ ਵੇਖਣ ਮੈਂ ਆਈ ਸੀ ਲਾਹੌਰ ਤੋਂ ਮੀਂਹ ਪੈ ਗਿਆ ਸੀ ਪਿੰਡ ਵਾਲੇ ਮੋੜ ਤੋਂ ਵਿਆਹ ਵੇਖਣ ਮੈਂ ਆਈ ਸੀ ਲਾਹੌਰ ਤੋਂ ਬੇਵੱਸ ਹੋ ਗਈ ਮਿਲਣੇ ਦੇ ਜ਼ੋਰ ਤੋਂ ਝਾਂਜਰਾਂ ਦਾ ਸ਼ੋਰ ਉੱਤੋਂ ਕਣੀਆਂ ਦਾ ਜ਼ੋਰ। ਚਲੋ ਜਰਾ ਆਪਾਂ ਵੀ ਹਰਾਮ ਦੀ ਰੋਟੀ ਹਜਮ ਕਰੀਏ ਨੱਚ ਟੱਪ ਕੇ। ਆਜੋ ਕਣੀਆਂ ਦਾ ਜ਼ੋਰ ਪਾਣੀ ਜ਼ੁਲਫਾਂ ਚੋਂ ਚੋਂ ਧੌਣ ਭਿੱਜ ਗਈ ਮੇਰੇ ਘੱਗਰੇ ਦੀ। ਕਟਾ ਲੈ ਸੀਨੇ ਲੱਗ ਕੇ ਕਦ
ਪ੍ਰਧਾਨ ਤੇਰੇ ਲਈ ਵੀ ਹਾਂ ਉਹ ਤਾਂ ਬੜੀ ਸੋਹਣੀ ਲੱਗ ਰਹੀ ਹੈ ਅੱਜ ਫੈਂਸੀ ਡਰੈਸ ਮਾ ਨਹੀਂ ਆਈ ਮੈਨੂੰ ਤਾਂ ਲੱਗਦਾ ਵਿਆਹ ਉਕਾ ਹੀ ਹੈ ਮੈਂ ਤਾਂ ਕਿਹਾ ਕਿਤੇ ਵੈਸੇ ਫੋਨ ਤੇ ਭਕਾਈ ਮਾਰਦੀ ਹੈ ਇਹਨੇ ਤਾਂ ਸੱਚੀ ਚੰਨ ਚੜਾਤਾ ਯਾਰ ਲੈ ਐਕੜਾ ਕਿਕਣਾ ਇਹਨੇ ਤਾਂ ਫੋਨ ਕਰ ਦਿੱਤੀ ਵਿਚਾਰੀ ਤੈਨੂੰ ਉਹ ਤੂੰ ਮੇਰੇ ਵੱਲ ਹੈ ਕਿ ਉਹਦੇ ਵੱਲ ਹੈ ਤੂੰ ਹੀ ਰੱਖੜੀ ਬਣਾਉਣ ਨੂੰ ਫਿਰਦਾ ਤੋ ਦੇ ਮੈਂ ਤੇਰੀ ਸਕੂਟਰੀ ਨੂੰ ਗਿੱਲ 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 ਦਾ ਲੱਗਦਾ ਉਹ ਛੱਡ ਗਈ ਐ ਸੋਹਣੀਏ ਤੂੰ ਅੱਧ ਵਿੱਚ ਕਾਰਨੀ ਪੈਂਚਰ ਕਰਾਂਗੇ ਤੇਰੀ ਡੋਲੀ ਵਾਲੀ ਕਾਰਨੀ ਔਰ ਬਾਅਦ ਚੋਂ ਪੈਂਚਰ ਕਰ ਲਈ ਪਹਿਲਾਂ ਕੰਮ ਦੀ ਗੱਲ ਅਸ ਕਰਨਾ ਕੀ ਆ ਕਰਨਾ ਕੀ ਆ ਟੈਂਟ ਨੂੰ ਅੱਗ ਲਾ ਦੋ ਜਲੇਬੀਆਂ ਜਲੂਬੀਆਂ ਤੇਰੇ ਤਾਂ ਭੁੱਕ ਦੋ ਸਕੂਟਰੀ ਆਪਾਂ ਚੱਲੀ ਅਸੀਂ ਵੀ ਜਾਣਦੇ ਤੈਨੂੰ ਆ ਚੱਲਿਆ ਗੱਲ ਖਤਮ ਤਾਂ ਹੋ ਲੈਣ ਦੇ ਪਿੰਕੀ ਜੇ ਤੂੰ ਪਿਆਰ ਕਿਸੇ ਹੋਰ ਨੂੰ ਕਰਦੀ ਹੈ ਕਿਸੇ ਹੋਰ ਨਾਲ ਮੰਗਣੀ ਕਿਉਂ ਕਰ ਰਹੀ ਹੈ ਕੀ ਕਹਿ ਰਹੀ ਹੈ ਕੁੜੀਏ ਕੌਣ ਹੈ ਮੁੰਡਾ ਪੁੱਛੋ ਪਿੰਕੀ ਨੂੰ ਬੋਲ ਓ ਰਿਹਾ ਮੁੰਡਾ ਮੈਨੂੰ ਚਲਾ ਗਿਆ ਜੀ ਉਹ ਲੰਘ ਗਿਆ ਜੀ ਉਹ ਚਲਾ ਗਿਆ ਜੀ ਤੁਸੀਂ ਕੈਰੀਅਰ ਰੱਖੋ ਕਰ ਦੋ ਜਿਹਦੇ ਨਾਲ ਕਰ ਰਹੇ ਹੋ ਪਿੰਕੀ ਤੂੰ ਡਰਦੀ ਕਿਉਂ ਹੈ ਸੱਚ ਬੋਲ ਪ੍ਰਧਾਨ ਬੋਲ ਉਹ ਪ੍ਰਧਾਨ ਨੂੰ ਮੈਂ ਰਾਮਲੀਲਾ ਕਰਾਉਂਦਾ ਰਿਹਾ ਯਾਰ ਚੁੱਪ ਕਰਾ ਲੈ ਉਹਨੂੰ ਮਾਂ ਨੂੰ ਉਹ ਬਕਵਾਸ ਬੰਦ ਕਰ ਕੁੜੀਏ ਓਏ ਕੌਣ ਆ ਤੂੰ ਹਾਂ ਬਈ ਛਾ ਗਿਆ ਗਿੱਲ ਛਾ ਗਿਆ ਉਹ ਚਾਰ ਕ ਬੰਦੇ ਨੇ ਬਾਕੀ ਨੂੰ ਮੈਂ ਸਾਂਭ ਲੂ ਖੜ ਜਾ ਵੈਸੇ ਕਰਨਾ ਕੀ ਹੈ ਕਰਨਾ ਕੀ ਆ ਇੱਕ ਦੋ ਤਿੰਨ ਚਲੋ ਬਾਜ ਗਿਆ ਇਹਨਾਂ ਨੂੰ ਤਾਂ ਫੜੋ ਗਿੱਲ ਗਿੱਲ ਆਈ ਆ ਉਹ ਲੱਗ ਗਿਆ ਟੀ ਉੱਥੋਂ ਕਿ ਤੇਰਾ ਪਿਓ ਗਿੱਲ ਹੁਣ ਭਾਜੀ ਵੀ ਆ ਗਏ ਹਾਂ ਬਈ ਕੱਟਾ ਕੀ ਬਣੋ ਹੁਣ ਨਾ ਭੱਜਣ ਕਿਤੇ ਕੀ ਗੱਲ ਭਾਜੀ ਭੈਣ ਜੀ ਹੁਣ ਕਿਸੇ ਹੋਰ ਨੂੰ ਪਿਆਰ ਕਰਦੇ ਨੇ ਜੀ ਹਾਂ ਦੱਸ ਦੇ ਕਿਹੜੀ ਭੈਣ ਜੀ ਦੀ ਗੱਲ ਕਰਦਾ ਤੂੰ ਗਿੱਲ ਮੈਂ ਕੀ ਗਲਤੀ ਤੀਗੀ ਹਾਂ ਸਕੂਟਰੀ ਹੋ ਜਾ ਸਟਾਰਟ ਫਿਰ ਸਟਾਰਟ ਕੀ ਹੋਣਾ ਹੁਣ ਲਾ ਲਾ ਸਟੈਂਡ ਇੱਥੇ ਲਵ ਕਰ ਲਓ ਜੋਈ ਭਾਈ ਦੀ ਸੇਵਾ ਰੂਹ ਨਾਲ ਓਏ ਵਿੱਚੀ ਚ ਨਾ ਮਾਰੋ ਮੈਨੂੰ ਸਰਵਾਈਕਲ ਆ ਓਏ ਆਈ ਪਾਗਲ ਤੈਨੂੰ ਕੀ ਲੋੜ ਪਈ ਸੀ ਲੈ ਸੱਚ ਹੀ ਬੋਲਿਆ ਸੀ ਤੇਰੇ ਉਸ ਡੱਡੂ ਜੇ ਫਰੈਂਡ ਤੋਂ ਬੋਲਿਆ ਨਹੀਂ ਜਾਂਦਾ ਸੀ ਇੱਕ ਤਾਂ ਮੈਂ ਹੈਲਪ ਕੀਤੀ ਤੈਨੂੰ ਤਾਂ ਮੇਰਾ ਥੈਂਕਸ ਕਰਨਾ ਚਾਹੀਦਾ ਹਾਂ ਰਹਿਣ ਦੇ ਯਾਰ ਮਾਮੇ ਅੱਜ ਮਰਾਂਗੇ ਮੈਨੂੰ ਲੱਗਦਾ ਸੀਟ ਬੈਲਟ ਲਾ ਲਾ ਸੀਟ ਬੈਲਟ ਪੱਕਾ ਵੀ ਬੈਠ ਗੱਡੀ ਰੋਕੋ ਏ ਆ ਵੀ ਕਿੱਧਰ ਉਹ ਬਸ ਇੱਥੇ ਚੱਲੇ ਸੀ ਜੀ ਅੱਛਾ ਤੇ ਕੁੜੀ ਮੰਗ ਮੈਂ ਦੀ ਵਿਆਹ ਹੋਣ ਵਾਲਾ ਸੰਧੂ ਪੈਲਸ 'ਚ ਰਿਸ਼ਤੇਦਾਰੀ ਤੇ ਮੰਗਣੀ ਤੇ ਗਏ ਸੀ ਕੋਈ ਸ਼ੱਕ ਹੈ ਤਾਂ ਪੈਲਸ ਫੋਨ ਕਰਕੇ ਪੁੱਛ ਲਓ ਸੱਚ ਬੋਲ ਰਹੇ ਹਾਂ ਨਾ ਹਾਂਜੀ ਚਲੋ ਜਾਣਦੇ ਓਏ ਥੈਂਕ ਯੂ ਜੀ ਰੋਕੋ ਰੋਕ ਝੂਠੀ ਨਾ ਹੋਵੇ ਕਿਸੇ ਥਾਂ ਦੀ ਜਦ ਮੈਂ ਆਪਣੀ ਗਰਲਫ੍ਰੈਂਡ ਕਿਹਾ ਸੀ ਨਾ ਤਾਂ ਦੇਖ ਲੈ ਕਿਵੇਂ ਔਖੀ ਹੋ ਗਈ ਸੀਗੀ ਹੁਣ ਆਪਣੀ ਵਾਰੀ ਆਪਣਾ ਹੀ ਬਣਾ ਲਿਆ ਮੈਂ ਨਾ ਝੂਠ ਬੋਲਦੀ ਨਾ ਥਾਣੇ ਬੈਠਾ ਹੋਣਾ ਸੀ ਆਇਆ ਵੱਡਾ ਬਚਾ ਲਿਆ ਤੈਨੂੰ ਸ਼ੁਕਰ ਮਨਾ ਨਾ ਤੈਨੂੰ ਡਰ ਨਹੀਂ ਲੱਗਦਾ ਡਰ ਕਾਦਾ ਆਪਾਂ ਕਿਹੜਾ ਕੁਝ ਗਲਤ ਕਰ ਰਹੇ ਸੀ ਇੰਨਾ ਕੌਨਫੀਡੈਂਸ ਮੇਰੇ ਬਾਪੂ ਤੋਂ ਆਇਆ ਮੇਰੇ 'ਚ ਉਹ ਕਹਿੰਦਾ ਹੈ ਜੇ ਤੁਸੀਂ ਸੱਚੇ ਹੋ ਨਾ ਤਾਂ ਤੁਹਾਡੇ ਨਾਲ ਕੁਝ ਗਲਤ ਨਹੀਂ ਹੁੰਦਾ ਬੜਾ ਸਹੀ ਕਹਿੰਦਾ ਤੇਰਾ ਬਾਪੂ ਹੈ ਹੋਰ ਨਹੀਂ ਤਾਂ ਮੇਰੇ ਬਾਪੂ ਵਰਗਾ ਕੋਈ ਨਹੀਂ ਹੋ ਸਕਦਾ ਹਾਂ ਉਹ ਮੈਂ ਨਾ ਪਹਿਲੇ ਤੇਰੇ ਨਾਲ ਗੱਲ ਕਰਨੀ ਸੀ ਤੈਨੂੰ ਪਤਾ ਮੈਨੂੰ ਪੁੱਛੋ ਲੈ ਕੀ ਕਹਿੰਦੇ ਆ ਕਿ ਭਾਜੀ ਜਿੰਨੇ ਸੋਹਣੇ ਸਨਕ ਤੁਸੀਂ ਹੈਗੇ ਹੋ ਨਾ ਤੁਹਾਡੀ ਕੀਮਤ 65 ਲੱਖ ਦੀ ਬਣਦੀ ਆ ਪਰ ਜੇ ਤੈਨੂੰ ਮੈਂ ਮਾੜਾ ਮੋਟਾ ਵੀ ਪਸੰਦ ਆ ਨਾ ਤਾਂ ਤੇਰੇ ਲਈ ਬੇਸ਼ੁਮਾਰ ਕੀਮਤੀ ਸੋਹਣਾ ਮੁੰਡਾ ਨਾ ਫ੍ਰੀ ਚ ਕਰ ਦੂ ਹਾਂ ਮੰਨਿਆ ਮੈਂ ਤੇਰੇ ਬਾਪੂ ਵਰਗਾ ਨਹੀਂ ਹੋ ਸਕਦਾ ਪਰ ਇੱਕ ਵਾਅਦਾ ਕਰਦਾ ਮੈਂ ਆਪਣੇ ਬੱਚੇ ਵੀ ਐਵੇਂ ਕਿਆ ਕਰਨਗੇ ਕਿ ਸਾਡੇ ਬਾਪੂ ਵਰਗਾ ਵੀ ਕੋਈ ਨਹੀਂ ਹੈਗਾ ਹੈ ਪਾਲੀ ਓਏ ਉੱਥੇ ਕੀ ਕਰਦਾ ਆ ਜਾ ਹੁਣ ਤੇਰਾ ਕੱਖ ਨਾ ਰਹੇ ਮਲ ਭੈਣੇ ਇੰਨਾ ਔਖਾ ਸਾਰਾ ਕੁਛ ਬੋਲਿਆ ਸੀਗਾ ਹੁਣ ਪਤਾ ਨਹੀਂ ਫਿਰ ਕਦ ਬੋਲਿਆ ਜਾਊਗਾ ਆਇਆ ਪਰਵਾਨ
गुड मॉर्निंग। गुड मॉर्निंग। तू ऐवें ठंड च मरिया है पागल, अंदर ही सो जांदा। जड़ी होटल च बदनाम आ ना, वो कार च भी बदनाम आ। मैं चाहे जिन्ना भी मॉडर्न होवां, पर तेरे लिए तेरी इज्जत की मायने रखती है, मैं सब जानता। चल आ चलिए। लो जी खुल गया। चंगा फिर। थोड़ा घर बहुत सोना जी, देख ला। आई है, मेरे बापू दे दोस्त दा घर है। बहुत सोना यार। चल फिर, सारी रात तेनू धक्के खवाए, थैंक्स। चल कल मिलते हैं, नाले पेपर वास्ते पढ़ भी लई। ओ मैं ना पहले तेरे नाल गल करनी सी, गुस्सा तो नहीं करेंगी? ले एक क्यों, दो कह ला, आपा क्यों गुस्से होना? ओ, ओ, ओ बोल। ओ मैं कहना सीगा। चल यार आपा कल एग्जाम तो बाद आराम नाल गल करते हैं, मेरे मगेतर दा फोन है। मैं तेन बाद फोन कर दा। ओहो तेन पै जे प्लेग की बीमारी, तेन इधर यार टुटे का फिक्र नहीं, अपनी मंगनी टुटे का ज्यादा फिक्र है। ला गिल भाई आ गया तू, आता दिती तीगिया किलो केले ही फड़ लिया। ज्यादा तेन लगी स्कूटरी भी रहन दे, रहन दे। हूं मिठे पोचे मारी जाना, उदो नाल खड़ा नहीं। खड़ना कितने से आप तो गोडे सिर दी बैठे से, जे मैं ना फिर कड़ा पर लड़ लेना सी। हलवाई तक खुटने च की फिर उ प्रधान बठिंडे मंगी हुई है भाई। ला अन्ना की भले दो अखा, फिर तो पार्टी हो गई। वधिया चुड़ेल तो कहड़ा छुटिया, ओदे पार्टी च बड़ी सतेंद्र सती बनी फिरदी सी। लुक लुक ए मंगनी नहीं हो सकदी। आए ना गिल सर, तुसी काउंटर ते पैसे जमा करा दो। पैसे जी गिल भाई, मेरे ता मुक्के पैती यार। ओह पैसे ता मेरे कोल भी नहीं हैगे स्कूटरी। नंग दोस्ता नाल ता बंदा उही चंगा लगदा, पिंकी तू मंगाउणे पैणगे। ओ मंगी हुई नूं छड्ड दे। केड़ी मंगी गई, कुट भावे पै गई, पर हुण तां पिंकी यारा जोगी रह गई। मंगनी टुट गई भाई उहदी। हैं? हाँ सच्ची? हाँ मंगनी टुट भी जांदी आ। हाँ ए पेपर मेरी जिंदगी दी नवी स्टार्ट है बाबा जी, ए मेरी जिंदगी नूं किते होर लैके जा रहा। मैनू पता तुसी जो करदे हो ठीक ही करदे हो, इसलिए कुछ तो सोच के ही तुसी मेरा रिश्ता सुमेर नाल जुड़िया होना बाबा जी। बस सब ठीक ही होना।
ਸਤਨਾਮ ਸ਼੍ਰੀ ਵਾਹਿਗੁਰੂ। ਸੌਰੀ ਬਾਬਾ ਜੀ, ਮੈਂ ਤੁਹਾਨੂੰ ਤੰਗ ਕਰ ਰਿਹਾ, ਪਰ ਤੁਸੀਂ ਤਾਂ ਸਾਰਿਆਂ ਦੇ ਰਿਸ਼ਤੇ ਜੋੜ ਦਿਓ। ਤੁਸੀਂ ਮੇਰੇ ਕਰਕੇ ਨਾ ਰਿਸ਼ਤਾ ਤੜਵਾ ਦਿਓ, ਜੋੜ ਮੈਂ ਆਪੇ ਲਊਂਗਾ। ਥੈਂਕ ਯੂ। ਕੀ ਮੰਗਿਆ? ਮੰਗਣਾ ਕੀ ਸੀ? ਸਰਵਾਦਾ ਭਲਾ। ਲੈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਇੰਨੇ ਮਹਾਨ ਬੰਦੇ ਨਾਲ ਤੁਰੀ ਫਿਰਦੀ ਹਾਂ। ਆਪਦੇ ਵਾਸਤੇ ਨਹੀਂ ਮੰਗਣਾ ਸੀ ਤਾਂ ਮੇਰੇ ਵਾਸਤੇ ਹੀ ਮੰਗ ਲੈਂਦਾ। ਕੀ ਦੱਸਾਂ ਮਲਵੈਣੇ, ਮੰਗਿਆ ਤਾਂ ਤੇਰੇ ਲਈ ਹੋ ਆ, ਦੱਸ ਕੇ ਜੁੱਤੀਆਂ ਥੋੜਾ ਖਾਣੀਆਂ ਨੇ। ਗੋਰੇ ਵੀਰੇ, ਗੋਰੇ ਗੋਰੇ ਜੀ। ਵਾਟ? ਗੋਰੇ ਵੀਰੇ, ਮਿਹਨਤ ਵਾਲੀ ਗੱਲ ਹੈ, 4 ਸਾਲ ਹੋ ਗਏ ਸਿਟੀਆਂ 'ਚ ਬੁੱਕਾ ਮਾਰਦੇ ਨੂੰ, ਬੁੱਲ ਵੀ ਬਾਜੇ ਵਾਲੇ ਵਾਂਗੂ ਸੁੱਜੇ ਪਏ ਨੇ, ਤੁਰੇ ਵੀ ਨਿੱਤ ਫਿਰਦੇ ਤੇ ਜਾਣਾ ਵੀ ਕਿਤੇ ਨਹੀਂ। 4 ਕਿੱਲੇ ਸੀ ਬਾਪੂ ਕੋਲੇ, ਉਹ ਵੀ ਵੇਚਤੇ, ਹੁਣ ਤਾਂ ਕੱਖ ਨਹੀਂ ਰਿਹਾ। ਗੋਰੇ ਵੀਰੇ, ਗੋਰੇ ਵੀਰੇ ਮੈਨੂੰ ਕੱਢ ਇੱਥੋਂ, ਇਹ ਮੈਨੂੰ ਨਰਕ 'ਚੋਂ ਕੱਢ ਦੇ, ਮੈਨੂੰ ਬਾਹਰ ਲੈ ਜਾ। ਗੋਰੇ ਵੀਰੇ ਮੈਨੂੰ ਬਾਹਰ ਲੈ ਜਾ। ਗੋਰੇ ਵੀਰੇ ਤੇਰੀ, ਓਏ ਤੈਨੂੰ ਮੈਂ ਦੱਸ, ਤੂੰ ਆਪਦੇ ਬੁੜੇ ਨੂੰ ਧੱਕਾ ਮਾਰਿਆ। ਮੇਰੀ ਗੱਲ ਸੁਣੋ, ਜੇ ਹੁਣ ਆਪਦੇ ਜਵਾਈ ਨੂੰ ਨਾ ਲੈ ਕੇ ਗਿਆ ਨਾ, ਅੱਜ ਬਾਹਰ ਨਿਕਲ ਪੁੱਤ, ਜੱਟ ਤੈਨੂੰ ਬਸ ਦੇ ਥੱਲੇ ਦੇ ਕੇ ਮਾਰੂਗਾ। ਗੋਰਾ ਭਾਜੀ, ਗੋਰਾ ਜੀ, ਆ ਮਹਾਰਾਜ ਤੇਰੇ ਜਵਾਕਾਂ ਦੀ ਉਮਰ ਲੰਬੀ ਕਰੇ, ਮੈਂ ਤੇਰੇ ਲਈ ਫ੍ਰੀ ਖਾਣਾ ਲਾ ਦਿਆਂਗਾ। 10 ਸਾਲ ਹੋ ਗਏ ਇਸ ਗਰੀਬ ਨੂੰ, ਢੋਲਕੀ ਕੁੱਟਦੇ ਆ, ਹੁਣ ਤਾਂ ਕਈ ਵਾਰੀ ਆਪ ਕੁੱਟ ਪੈ ਜਾਂਦੀ ਆ। ਐਸ ਕੰਠ ਵਿੱਚ ਆਪ ਸਰਸਵਤੀ ਵਾਸ ਕਰਦੀ, ਸੁਣੋ ਗਾਣਾ ਗਰੀਬ ਦਾ ਸੁਣੋ। ਹੋ ਮੱਥੇ ਦੀਆਂ ਲਿਖੀਆਂ ਨੂੰ ਜਾਣਦਾ ਨਾ ਕੋਈ, ਸਾਰਿਆਂ ਨਾ ਹੋਵੇ ਜਿਹੜੀ ਸਾਡੇ ਨਾਲ ਹੋਈ। ਹੋ ਦਿੱਲੀ ਖੜਾ ਜਹਾਜ ਰਿਪੋਰਟ ਤੇ, ਖੜਾ ਜਹਾਜ ਰਿਪੋਰਟ ਤੇ ਬੈਠੇ ਆ ਨਾਲ ਨਾਲ ਸੋਹਣੀ ਏ। ਹੋ ਤੂੰ ਵੀ ਚੱਲੀਆਂ ਕੈਨੇਡਾ, ਮੈਂ ਵੀ ਚੱਲਿਆ, ਹੋ ਗਿਆ ਕਮਾਲ ਸੋਹਣੀ ਏ। ਥੈਂਕ ਯੂ। ਕਿਵੇਂ ਰਿਹਾ? ਬਹੁਤ ਵਧੀਆ। ਅੱਜ ਮੈਂ ਇੰਨੀ ਅੰਗਰੇਜ਼ੀ ਬੋਲੀ, ਇੰਨੀ ਅੰਗਰੇਜ਼ੀ ਬੋਲੀ। ਗੋਰਾ, ਪਤਾ ਮੈਨੂੰ ਪੰਜਾਬੀ 'ਚ ਕੀ ਕਹਿੰਦਾ? ਕਹਿੰਦਾ ਬਸ ਕਰ। ਤੈਨੂੰ ਕਿਉਂ ਗਿਆ? ਤੇਰਾ ਪੇਪਰ ਵਧੀਆ ਨਹੀਂ ਹੋਇਆ? ਉਹ ਯਾਰ, ਫਿਰ ਕੀ ਹੋ ਗਿਆ? ਤੇਰਾ ਪੇਪਰ ਵਧੀਆ ਨਹੀਂ ਹੋਇਆ? ਉੱਥੇ ਵੀ ਤਾਂ ਟੈਕਸੀ ਚਲਾਉਂਦਾ ਹੀ ਆ। ਟੈਕਸੀ ਇੱਥੇ ਆ ਕੇ ਚਲਾ ਲੂ, ਨਾਲੇ ਇੱਥੇ ਦਾ ਵਿਆਹ ਤੇ ਲਾਗ ਬਹੁਤ ਵਧੀਆ ਮਿਲਦਾ, ਨਾਲੇ ਇੱਕ ਦਾਰੂ ਦੀ ਬੋਤਲ ਫ੍ਰੀ ਦਿੰਦੇ ਆ। ਰਹਿਣ ਦੇ, ਆਪਦੀ ਬੇਕਰੀ ਆ। ਬਿਸਕੁਟ ਬਣਾਉਂਦਾ? ਉਹ ਤਾਂ ਬੜਾ ਵਧੀਆ ਕੰਮ ਆ, ਇੱਥੇ ਜਨਤਾ ਬਹੁਤ ਖਾਂਦੀ ਆ ਚਾਹ ਨਾਲ। ਲੋੜ ਨਹੀਂ, ਐਗਜ਼ਾਮ ਵਧੀਆ ਹੋਇਆ ਮੇਰਾ, ਪਰ ਕੱਲ ਮੇਰੀ ਸੁਮੇਰ ਨਾਲ ਲੜਾਈ ਹੋ ਗਈ। ਲੜਾਈ ਹੋ ਗਈ? ਸੱਚੀ? ਮੇਰਾ ਮਤਲਬ ਵੈਰੀ ਸੈਡ, ਮੰਨ ਕੇ ਤੈਨੂੰ ਬਾਬਾ ਜੀ। ਹੋਇਆ ਕੀ ਵੈਸੇ? ਕੁਛ ਨਹੀਂ, ਕੱਲ ਸਾਰੀ ਰਾਤ ਤੇਰੇ ਨਾਲ ਬਾਹਰ ਸੀ ਨਾ, ਉਸੇ ਗੱਲ ਨੂੰ ਲੈ ਕੇ ਥੋੜਾ ਬਹੁਤ ਉਹ ਬੋਲਿਆ, ਫਿਰ ਅੱਗੋਂ ਤੈਨੂੰ ਵੀ ਪਤਾ ਮੇਰੇ ਨਿੱਘੇ ਸੁਭਾਅ ਦਾ। ਪਰ ਤੂੰ ਦੱਸ, ਮੈਂ ਕਿਹੜਾ ਚਾਹ ਨੂੰ ਬਾਹਰ ਸੀ? ਹਾਂ ਉਹ ਤਾਂ ਹੈ, ਹੁਣ ਕੁੜੀਆਂ ਦੀ ਮਜਬੂਰੀ ਕੌਣ ਸਮਝੇ, ਹੈ ਨਾ? ਉਹਨੂੰ ਟਰੱਸਟ ਨਹੀਂ ਤੇਰੇ ਤੇ, ਆਪ ਚਾਹੇ ਦਿਨ ਰਾਤ ਨਾ ਗੋਰੀਆਂ ਨਾਲ ਖੇ ਖਾਂਦਾ ਵਾ ਉੱਥੇ। ਨਹੀਂ ਜੀ, ਇਹੋ ਜਿਹਾ ਨਹੀਂ ਹੈ। ਅੱਛਾ, ਆ ਦੇਖ ਲੈ ਕਿੰਨੀ ਚੰਗੀ ਆ ਤੂੰ, ਤੈਨੂੰ ਕਿੰਨੀ ਟਰੱਸਟ ਆ ਉਹਤੇ, ਉਹਨੇ ਤੇਰੇ ਬਾਰੇ ਇੱਕ ਵਾਰ ਨਹੀਂ ਸੋਚਿਆ। ਮੈਂ ਤੈਨੂੰ ਗੱਲ ਕਹਾਂ ਇੱਕ, ਚਾਹੇ ਤੈਨੂੰ ਚੰਗੀ ਲੱਗੇ ਚਾਹੇ ਮਾੜੀ, ਪਰ ਇਹੋ ਜਿਹੇ ਬੰਦੇ ਨਾਲ ਨਾ ਜ਼ਿੰਦਗੀ ਬਿਤਾਉਣੀ ਬਹੁਤ ਔਖਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਉਹ ਆ ਗਿਆ ਫੋਨ। ਥੈਂਕ ਯੂ ਬਾਬਾ ਜੀ, ਸਹੀ ਜਾ ਰਹੇ ਹੋ। ਬਾਬਾ ਜੀ ਫੋਨ ਨਾ ਆਇਆ ਹੋਵੇ ਬਸ। ਫਿਰ ਆ ਗਿਆ ਸੀ ਉਹਦਾ ਫੋਨ? ਨਹੀਂ, ਪਰਵਾਨ ਤੂੰ ਮੰਗਣਾ ਮੇਰੇ ਲਈ। ਉਹ ਆਪਾਂ ਨਹੀਂ ਕੁਛ ਮੰਗੀਦਾ ਜੀ, ਆਪਾਂ ਤਾਂ ਸਰਬੱਤ ਦਾ ਭਲਾ ਮੰਗੀਦਾ, ਉਹ 'ਚ ਤੁਸੀਂ ਵੀ ਆ ਜਾਂਦੇ ਹੋ, ਨਾਲੇ ਉਹ ਤਾਂ ਸਭ ਦੇ ਦਿਲਾਂ ਨਹੀਂ ਜਾਣਦਾ, ਆਪੇ ਬੁਝ ਲੈਣਾ ਜੀ ਉਹਨਾਂ ਨੇ। ਨਹੀਂ, ਮੇਰਾ ਬਾਪੂ ਕਹਿੰਦਾ ਕੋਈ ਹੋਰ ਸੱਚੇ ਦਿਲੋਂ ਦੁਆ ਕਰੇ ਤਾਂ ਜ਼ਰੂਰ ਪੂਰੀ ਹੁੰਦੀ ਹੈ। ਤੂੰ ਮੰਗ ਨਾ, ਦੋਵਾਂ ਦਾ ਰੌਲਾ ਮੁੱਕ ਜੇ। ਮੈਂ? ਹਾਂ ਬੋਲ ਬਾਬਾ ਜੀ, ਇਹਨਾਂ ਦੋਨਾਂ ਦਾ ਨਾ ਝਗੜਾ ਮੁੱਕ ਜਾਵੇ। ਨਾ ਮੁੱਕੇ ਬਾਬਾ ਜੀ, ਮੈਂ 100 ਰੁਪਏ ਹੋਰ ਚੜਾਉਂਗਾ। ਆ ਜਾ ਹੁਣ। ਆਇਆ, 200 200।
ਓਹ ਵੈਸੇ ਤੈਨੂੰ ਮਿਲਿਆ ਕਿੱਥੇ ਸੀ ਉਹ ਫੇਸਬੁੱਕ ਤੇ ਨਹੀਂ ਸਾਡੀ ਰਿਸ਼ਤੇਦਾਰੀ ਜੋ ਹੈ ਬਾਪੂ ਦੀ ਮਾਸੀ ਦੀ ਕੁੜੀ ਦੇ ਜੇਠ ਦਾ ਮੁੰਡਾ ਹੈ ਉਹ ਤੇਰਾ ਭਰਾ ਲੱਗਾ ਫਿਰ ਤਾਂ ਉਹ ਹੈ ਹਾਂ ਤੇਰੇ ਬਾਪੂ ਦੀ ਮਾਸੀ ਤੇਰੇ ਲੱਗੀ ਦਾਦੀ ਦਾਦਰੀ ਕੁੜੀ ਤੇਰੇ ਲੱਗੀ ਭੂਆ ਭੂਆ ਦਾ ਘਰਵਾਲਾ ਫੁੱਫੜ ਫੁੱਫੜ ਦਾ ਭਰਾ ਵੀ ਤੇਰਾ ਫੁੱਫੜੀ ਲੱਗਿਆ ਨਾ ਤੇ ਉਹਦਾ ਮੁੰਡਾ ਭਰਾ ਤੇਰਾ ਪਾਗਲ ਹੈ ਇੰਨੀ ਦੂਰ ਦੀ ਰਿਸ਼ਤੇਦਾਰੀ ਕੌਣ ਮੰਨਦਾ ਜੇ ਇੰਨੀ ਦੂਰ ਦਾ ਨਾ ਕੀ ਪਤਾ ਮੁੰਡਾ ਨਸ਼ੇ ਕਰਦਾ ਹੋਵੇ ਨਹੀਂ ਜੀ ਸਾਊ ਹੈ ਉਹ ਨਸ਼ੇ ਕਰਦਾ ਹੋ ਮੈਨੂੰ ਪਤਾ ਮੈਨੂੰ ਲੱਗਦਾ ਮੈਂ ਕੁਝ ਜ਼ਿਆਦਾ ਹੀ ਬੋਲ ਗਈ ਉਹਨੇ ਤਾਂ ਸੌਰੀ ਦਾ ਮੈਸੇਜ ਵੀ ਕੀਤਾ ਸੀ ਤੈਨੂੰ ਕੀ ਲੱਗਦਾ ਮੈਂ ਫੋਨ ਮਾਰਾਂ ਨਾ ਇੱਥੋਂ ਤਾਂ ਪਤਾ ਲੱਗਦਾ ਮੁੰਡਿਆਂ ਦਾ ਆਪਾਂ ਤਾਂ ਆਪਣੇ ਚੂੜੀਆਂ ਨੂੰ ਲੈ ਕੇ ਪੂਰਾ ਕਲੀਅਰ ਹਾਂ ਰੁੱਸੇ ਜਿਹੜਾ ਮਰਜ਼ੀ ਮਨਾਉਂਗਾ ਮੈਂ ਹੀ ਕੁੜੀਆਂ ਦਿਲ ਨਾ ਨਾਜ਼ੁਕ ਹੁੰਦੇ ਆ ਸਾਰੇ ਆ ਪਿਆ ਜਨਤਾ ਦਾ ਵੀ ਤੂੰ ਸਹੀ ਹੈ ਮੁੰਡੇ ਨੂੰ ਹੀ ਪਹਿਲ ਕਰਨੀ ਚਾਹੀਦੀ ਹੋਰ ਕੀ ਨਾਲੇ ਕਰੀ ਆਪਣੀ ਮਰਜ਼ੀ ਆਏ ਨਾ ਕਹੀਂ ਕਿਤੇ ਮੈਂ ਕਿਤੇ ਲੜਾਈ ਕਰਾ ਰਿਹਾ ਤੇਰੀ ਨਹੀਂ ਨਹੀਂ ਠੀਕ ਹੈ ਦੇਖੀ ਬਾਬਾ ਕਿਤੇ ਕੰਮ ਪੁੱਠਾ ਹੀ ਨਾ ਕਰਦੀ ਬੜੀ ਕੁਛ ਦੇਖਦੀ ਹੈ ਪੇਪਰ ਵਧੀਆ ਹੋ ਗਿਆ ਐਗਜ਼ਾਮ ਤਾਂ ਵਧੀਆ ਹੋ ਹੀ ਗਿਆ ਤਾਂ ਕਾਲ ਵੀ ਆ ਗਿਆ ਸੱਚੀ ਹਾਂ ਤੂੰ ਸਹੀ ਸੀ ਚੰਗੇ ਮੁੰਡੇ ਆਪ ਹੀ ਪਹਿਲ ਕਰਦੇ ਆ ਉਹਨੇ ਕਾਲ ਕੀਤਾ ਤੇ ਆਂਦਾ ਸੌਰੀ ਮੈਂ ਬੀਅਰ ਪੀਤੀ ਸੀ ਨਾ ਤਾਂ ਬਹਿਸ ਹੋ ਗਈ ਨਹੀਂ ਤਾਂ ਲੜਦਾ ਹੀ ਨਹੀਂ ਝੂਠਾ ਬੀਅਰ ਨਾਲ ਥੋੜਾ ਕੁਛ ਹੁੰਦਾ ਬੀਅਰ ਤਾਂ ਜਮਾਂ ਦਾ ਪਾਣੀ ਹੁੰਦਾ ਸੱਚੀ ਲੜਿਆਉਣਾ ਉਹ ਤੂੰ ਰਹਿਣ ਦੇ ਚੱਲ ਮੈਨੂੰ ਬੱਸ ਅੱਡੇ ਛੱਡਿਆ ਬੱਸ ਅੱਡੇ ਓ ਪਾਲੀ ਤੂੰ ਸੱਚੀ ਚੱਲੀ ਆ ਹਾਂ ਹੁਣ ਇੱਥੇ ਕੀ ਕਰਨਾ ਪੇਪਰ ਤਾਂ ਹੋ ਗਏ ਤੇ ਮੇਰੇ ਬਾਪੂ ਨੇ ਤਾਂ ਮੈਂ ਹੀ ਜਾਣਦੀ ਹਾਂ ਕਿਵੇਂ ਕੱਟਿਆ ਹੋਣਾ ਮਹੀਨਾ ਫਿਰ ਬਾਹਰ ਵੀ ਜਾਣਾ ਹੈਨੀ ਛੇਤੀ ਹੋਰ ਉੱਧਰ ਕੋਰਟ ਮੈਰਿਜ ਕਰਾ ਕੇ ਪੀਆਰ ਵਾਸਤੇ ਅਪਲਾਈ ਕਰਨਾ ਫਿਰ ਅਸਲੀ ਵਿਆਹ ਤੇ ਇੱਧਰ ਆ ਕੇ ਕਰਨਾ ਸੱਦੂ ਤੈਨੂੰ ਮੈਂ ਚੱਲ ਤੈਨੂੰ ਪੀਆਰ ਦੀ ਪਈ ਆ ਇੱਧਰ ਮੇਰਾ ਆਧਾਰ ਕਾਰਡ ਨਹੀਂ ਬਣਦਾ ਮਰਵਾਤਾ ਹੋ ਰੱਬਾ ਚੱਲ ਆ ਗਿਆ ਚੰਗਾ ਬਈ ਪਰਵਾਨ ਸਿਆ ਥੈਂਕਸ ਤੂੰ ਮੇਰੀ ਇਸ ਸ਼ਹਿਰ 'ਚ ਇੰਨੀ ਹੈਲਪ ਕੀਤੀ ਤੇਰੇ ਕਰਕੇ ਪਾਲੀ ਲਈ ਇੱਜ਼ਤ ਜੀ ਵੱਧ ਗਈ ਮਾਝੇ ਦੀ ਇੰਨੇ ਮਾੜੇ ਵੀ ਨਹੀਂ ਹੁੰਦੇ ਅੰਬਰਸਰੀਏ ਉਹ ਚਲੋ ਵੀ ਚਲੋ ਬਹੁਤ ਹੋ ਗਿਆ ਭਰਤ ਮਲਾਪ ਉਹ ਤੂੰ ਹੈ ਤੂੰ ਫਿਰ ਟੱਕਰ ਗਿਆ ਉਹ ਸਾਧ ਹੁਣ ਡੇਰੇ 'ਚ ਨਹੀਂ ਮਿਲੂ ਤਾਂ ਹੋਰ ਦੱਸ ਕਿੱਥੇ ਮਿਲੂ ਬਾਹਰ ਸਾਨੂੰ ਕੋਈ ਲੈ ਕੇ ਨਹੀਂ ਆਉਂਦਾ ਹੋਰ ਦੱਸ ਕਿਹੜੇ ਖੂਹ 'ਚ ਡਿੱਗੀਏ ਚਲੋ ਚਲੋ ਛੇਤੀ ਕਰੋ ਪਹਿਲੇ ਲੇਟ ਆ ਸੀ ਉਹ ਆ ਜਾਓ ਹੁਣ ਗੱਲ ਲੱਗ ਕੇ ਰੋਣ ਨਾ ਬਹਿ ਜਾਓ ਚਲੋ ਛੇਤੀ ਕਰੋ ਪਹਿਲੇ ਹੀ ਲੇਟ ਆ ਛੇਤੀ ਕਰੋ ਚਲ ਸਤਿ ਸ਼੍ਰੀ ਅਕਾਲ ਚਲੋ 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 ਚੱਲ ਚੱਲ ਉਹ ਬੇਬੇ ਕਹਾ ਹੋ ਨਾ ਅੱਜ ਵੀ ਆ ਕੇ ਕੋਈ ਹੋਰ ਹੀ ਕਟਾਊ ਦੋ ਬਠਿੰਡਾ ਤੂੰ ਫੇਰ ਆ ਗਿਆ ਹੁਣ ਵੀ ਇਹ ਸਾਡੇ ਕੋਲੇ ਮੂਹਰਲੀਆਂ ਸੀਟਾਂ ਤੇ ਬਹਿਣਾ ਬਹਿ ਜਾ ਫੇਰ ਨਾ ਚੀਕਾਂ ਜਾਂ ਮਾਰੀ ਤੂੰ ਟਿਕਟ ਕੱਟ ਓਏ ਟਿਕਟ ਤਾਂ ਤੂੰ ਸਾਡੀ ਕੱਟੀ ਆ ਪੁੱਤ ਹੁਣ ਮੈਂ ਤੇਰੀ ਕੱਟੂੰਗਾ ਮੈਨੂੰ ਇਹ ਬੰਦਾ ਠੀਕ ਨਹੀਂ ਲੱਗਦਾ ਮੈਂ ਤੈਨੂੰ ਪਿੰਡ ਛੱਡ ਕੇ ਆਊਂਗਾ ਪਾਲੀ ਓ ਹੈਲੋ ਲੁੱਚੀ ਘੁੱਗੀ ਕੌਂ ਬਦਨਾਮ ਆ ਬਕਾਇਆ ਬਾਅਦ 'ਚ ਦਿੰਦਾ ਮੈਂ ਚੱਲ ਚੱਲ ਆ ਵੀ ਟਿਕਟ ਟਿਕਟ ਤੋਂ ਬਿਨਾਂ ਨਾ ਹੋਵੇ ਕੋਈ ਤੂੰ ਠੀਕ ਹੋ ਕੇ ਬਹਿ ਜਾਂਦੀ ਪਾਲੀ ਆ ਕਿੱਥੇ ਇੱਧਰ ਰੱਖ ਦੇਣਾ ਉਦਾਂ ਹੀ ਓ ਮੈਂ ਨਾ ਪਹਿਲੇ ਤੇਰੇ ਨਾਲ ਗੱਲ ਕਰਨੀ ਸੀਗੀ ਤੇਰੀਆਂ ਨਾ ਗੱਲਾਂ ਮੁੱਕੀਆਂ ਹਾਂ ਬੋਲ ਓ ਤੂੰ ਤਾਂ ਚਾਰ ਦਿਨਾਂ ਨੂੰ ਜਹਾਜ਼ ਚੜ ਜਾਣਾ ਨਾ ਫਿਰ ਮੈਨੂੰ ਐਂ ਸੀ ਮੇਰੇ ਦਿਲ 'ਚ ਵਹਿਮ ਜਿਹਾ ਨਾ ਰਹਿ ਜਾਵੇ ਕਿ ਮੈਂ ਗੱਲ ਨਹੀਂ ਕੀਤੀ ਮੈਂ ਨਾ ਤੈਨੂੰ ਬਹੁਤ ਪਸੰਦ ਕਰਦਾ ਅਤੇ ਦੋਸਤੀ ਨਾਲੋਂ ਵੱਧ ਗਾਲੀ ਪਸੰਦ ਆ ਨਾਲੇ ਹੁਣ ਵੀ ਤਾਂ ਅੰਮ੍ਰਿਤਸਰੀ ਦਾ ਮਨ ਵਧੀ ਗਿਆ ਤੇਰੀ ਨਿਗਾਹ 'ਚ ਜੁੱਤੀ ਹੈ ਮੇਰੇ ਪੈਰ 'ਚ ਇੰਨਾ ਕੁ ਤਾਂ ਮੈਂ ਜਾਣਦਾ ਤੇਰੇ ਨਿੱਘੇ ਸੁਭਾਅ ਨੂੰ ਦੇਖ ਬਾੜੇ ਡਾਇਲੌਗ ਜਿਹਾ ਨਾ ਮਾਰ ਮੇਰੇ ਬਾਪੂ ਨੇ ਦੇਖਭਾਲ ਕੇ ਰਿਸ਼ਤਾ ਕੀਤਾ ਅਤੇ ਮੈਂ ਵੀ ਖੁਸ਼ ਹਾਂ ਤੇਰੀ ਖੁਸ਼ੀ ਨਾਲ ਕੀ ਹੁੰਦਾ ਮੈਂ ਨਹੀਂ ਨਾ ਖੁਸ਼ ਕਿੰਨੀ ਸੈਲਫਿਸ਼ ਆ ਤੂੰ ਹਾਂ ਨਾਲੇ ਜੇ ਤੇਰੇ ਬਾਪੂ ਨੇ ਕਿਹਾ ਕਿ ਬਾਹਰੋਂ ਮੁੰਡਾ ਫੇਲ ਅਤੇ ਅੰਮ੍ਰਿਤਸਰੀਆ ਪਾਸ ਫਿਰ ਤੂੰ ਮਰ ਜਾਏਗੀ ਇਹ ਤਾਂ ਹੋ ਹੀ ਨਹੀਂ ਸਕਦਾ ਤੂੰ ਜਾਣਦਾ ਨਹੀਂ ਮੇਰੇ ਬਾਪੂ ਨੂੰ ਬਹੁਤ ਚਿੱਤਰ ਪੈਣਗੇ ਫਿਰ ਨਾ ਕਹੀਂ ਦੱਸਿਆ ਨਹੀਂ ਉਹ ਬਾਓ ਤੇਰੇ ਢੀਠ ਆਸ਼ਕ ਦੇ
ਉਹ ਵੱਡਿਆ ਰਾਂਝਾ ਇੰਨੀ ਥੂ ਥੂ ਕਰਾਈ ਜਾਂਦਾ ਬੰਦੇ ਚ ਅਣਖਣਾ ਉਹਦੀ ਵੀ ਚੀਜ਼ ਹੁੰਦੀ ਹੈ ਕੋਈ ਉਹ ਜਾ ਤੂੰ ਨਾ ਹੁਣ ਤੂੰ ਤੇ ਤੇਰਾ ਬਾਪੂ ਸ਼ੋਰ ਹੋ ਇੰਨਾ ਰੇਲੀ ਆਹੋ ਫਿਰ ਡਰਦੀ ਕਾਹਤੋਂ ਆ ਮੈਂ ਵੀ ਤਾਂ ਤੈਨੂੰ ਚੰਡੀਗੜ੍ਹ 25 ਦਿਨ ਘੁਮਾਇਆ ਹੀ ਆ ਤੂੰ ਮੈਨੂੰ 2 ਦਿਨ ਪਿੰਡ ਨਹੀਂ ਲਿਜਾ ਸਕਦੀ ਲੈ ਜਾ ਇਹਨੂੰ ਭੂ ਡਾਸ਼ਕ ਨੂੰ ਇਹੋ ਜਿਹੇ ਭੂ ਡਾਸ਼ਕ ਛਿੱਤਰ ਖਾ ਕੇ ਮੁੜਦੇ ਹੁੰਦੇ ਆ ਮਤਰ ਜੁੱਤੀ ਮਾਰਨੀ ਆ ਲਾ ਕੇ ਹਾਂ ਵੀ ਹਾਂ ਡਿਗਣ ਤੋਂ ਬਿਨਾਂ ਕੋਈ ਹੋਰ ਹਾਂ ਕਦੇ ਪੁੱਛੋ ਦੀ ਹਾਂ ਬਾਈ ਪਲੀਜ਼ ਪੁੱਛੋ ਮੰਡੀ ਪੁੱਛੋ ਉਹ ਪੁੱਛੋ ਦੀ ਸਵਾਰੀ ਤੁਹਾਨੂੰ ਪਹਿਲਾਂ ਗਿਆ ਹੈ ਸੱਚੀ ਥੈਂਕ ਯੂ ਆਈ ਨਹੀਂ ਪਾਲੀ ਦੀ ਬੱਸ ਕਦੋਂ ਗਾਊਗੀ ਤਾਇਆ ਮੈਨੂੰ ਕਿਹੜਾ ਦੱਸ ਕੇ ਗਈ ਆ ਤੈਨੂੰ ਨਹੀਂ ਦੱਸ ਕੇ ਗਈ ਨਾ ਓ ਆ ਗਈ ਲੱਗਦਾ ਓ ਬੱਲੇ ਬੱਲੇ ਚਲੋ ਚਲੋ ਟਾਕੀ ਕੋਲੇ ਹਲੋ ਟਾਕੀ ਕੋਲੇ ਚਲੋ ਛੇਤੀ ਕਰੋ ਛੇਤੀ ਓ ਕਿੱਧਰ ਰਹਿ ਗਈ ਆ ਗਈ ਲੈ ਤੂੰ ਤਾਂ ਕਹਿੰਦਾ ਸੀ ਬਾਪੂ ਜੀ ਨਹੀਂ ਲੱਗਦਾ ਇੰਨਾ ਤਾਂ ਖੁਸ਼ ਹੈ ਉਹ ਤੈਨੂੰ ਵੇਖ ਕੇ ਖੁਸ਼ੀ ਚੜੀ ਹੈ ਮੈਨੂੰ ਲਿੱਸੀ ਨਹੀਂ ਹੋ ਗਈ ਕੁਛ ਅੱਛਾ ਹਾਂ ਰਹਿਣ ਦੇ ਕੁਛ ਵੀ ਹੋਰ ਜਿੱਟਰ ਕੀ ਹਾਲ ਹੈ ਵਧੀਆ ਹਾਲ ਹੈ ਦਾ ਪੱਲੀਆ ਮੁੰਡਾ ਇਹ ਮੇਰਾ ਫਰੈਂਡ ਆ ਤੈਨੂੰ ਦੱਸਿਆ ਸੀ ਨਾ ਪਰਵਾਨ ਛੱਡਣ ਆਇਆ ਮੈਨੂੰ ਅੱਛਾ ਉਹ ਬੱਸ ਵਾਲਾ ਮੁੰਡਾ ਹਾਂਜੀ ਅੱਛਾ 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 ਆਓ ਜੀ ਫਿਰ ਚੱਲਦੇ ਹਾਂ ਘਰੇ ਮੈਂ ਤਾਂ ਜੀ ਆਪ ਪਾਲੀ ਦਾ ਸਮਾਨ ਲੈ ਕੇ ਆਇਆ ਸੀ ਨਾਲ ਜ਼ਿਆਦਾ ਸੀ ਨਾ ਛੱਡਣ ਆਇਆ ਸੀਗਾ ਜੇ ਮੈਂ ਤੁਹਾਡੇ ਨਾਲ ਗਿਆ ਤਾਂ ਲੇਟ ਹੋ ਜੂੰਗਾ ਤੁਸੀਂ ਚਲੋ ਇਹ ਵੀ ਗੱਲ ਤੇਰੀ ਠੀਕ ਹੈ ਚੰਗਾ ਫਿਰ ਤੂੰ ਚੱਲ ਤੂੰ ਕਰ ਵਾਟ ਨੇੜੇ ਹੈਂ ਓਏ ਜਿਟਰਾ ਹਾਂ ਤਾਇਆ ਬਾਈ ਨੂੰ ਚੜਾ ਕੇ ਆਈ ਬੱਸ ਤੇ ਚੰਗਾ ਤਾਇਆ ਤੁਰ ਕੇ ਆਈ ਚੰਗਾ ਠੀਕ ਆ ਚੱਲ ਆ ਚਲੀਏ ਹੋ ਗਈ ਤਸੱਲੀ ਸਤਿ ਸ਼੍ਰੀ ਅਕਾਲ ਕੀ ਚੱਕੀ ਜਾਨਾ ਆ ਜਾ ਇੱਧਰ ਆ ਜਾ ਓਏ ਆ ਜਾ ਹੁਣ ਓਏ ਚੱਲ ਵੀ ਜਾ ਚਲੇ ਚੱਲਦੇ ਆ ਬਈ ਇੱਥੇ ਆ ਜਾ ਬਈ ਇੱਥੇ ਮੈਂ ਚਲੇ ਜਾਊਂਗਾ ਤੂੰ ਜਾ ਤਾਂ ਇਹਨੇ ਕਿਹਾ ਸੀ ਬੱਸ ਚੜਾ ਕੇ ਮੈਂ ਤਾਂ ਬੱਸ ਚੜਾ ਕੇ ਜਾਊਂ ਬੱਸ ਦਾ ਕੀ ਪਤਾ ਕਦੋਂ ਆਊਗੀ ਤੂੰ ਜਾ ਆ ਜਿਹੜੀ ਗਈ ਆ ਨਾ ਉਹੀ ਆਊ ਵੈਸੇ ਤੇਰਾ ਨਾਂ ਕੀ ਆ ਵਾਲਿਆ ਤੈਂ ਕੀ ਲੈਣਾ ਹੈ ਬਬਲਗਮ ਖਾਏਗਾ ਮੈਂ ਨਹੀਂ ਖਾਣੀ ਆਪਦੇ ਕੋਲ ਹੀ ਰੱਖ ਜਵਾਕ ਜਿਹਾ ਨਹੀਂ ਸੂਤ ਆਉਂਦਾ ਬੱਸ ਆ ਗਈ ਪਰ ਲੈ ਟੋਕਰਾ ਚੱਲ ਕੋਈ ਨਾ ਬੰਦਿਆਂ ਨਾਲ ਹੁੰਦੀਆਂ ਆਈਆਂ ਨੇ ਇੱਕ ਮਿੰਟ ਆ ਲੈ ਟੌਫੀ ਚੂਸੀ ਚੱਲ ਜਾ ਤੂੰ ਵਾਹ ਦਿਲ ਦੇ ਮਰੀਜ਼ ਨੂੰ ਬਚਾ ਕੇ ਬਿਠਾ ਲਿਓ ਸੀਟ ਤੇ ਉਹ ਕਿਹੜਾ ਬਈ ਖੜ ਜਾ ਆਉਣਾ ਤੂੰ ਸਤਿ ਸ਼੍ਰੀ ਅਕਾਲ ਜੀ ਗਿਆ ਨਹੀਂ ਹਲੇ ਮੇਰੀ ਬੱਸ ਲੰਘ ਗਈ ਜੀ ਝੂਠ ਬੋਲਦਾ ਤਾਇਆ ਮੈਨੂੰ ਆਪ ਬੱਸ ਚੜਾ ਕੇ ਤੇ ਬਿਠਾ ਕੇ ਆਇਆ ਓਹ ਮੈਂ ਬੈਠਾ ਸੀ ਜੀ ਅੱਗੇ ਜਾ ਕੇ ਖਰਾਬ ਹੋ ਗਈ ਪੰਜਾਬ ਰੋਡਵੇਜ਼ ਸੀ ਨਾ ਜੀ ਚੱਲ ਆ ਜਾ ਜੀਟਰਾ ਹਾਂ ਤਾਇਆ ਬਾਈ ਦਾ ਮੰਜਾ ਕੋਠੇ ਤੇ ਡਵਾ ਦੇ
ठीकत आया। इनु रोटी पचनी पता। हाँ जी। सत श्री अकाल। ओ दसो भी कोई जाना कित्थे आ? ओए होर की गुरुद्वारे जाना, तेरा भी जमी सरे ही पिया, चल उते आ गया झूठ बोल के। खराब हो गई बस, झूठ थोड़ा बोलदा मैं। आ चक तेरा बिस्तरा, होर कुछ जा रोटी लेके आ। होर है नी, तेरी एक रोटी पिछे किते मैं तंदूर न तपाला। मैं मेहमान आया होया, थोड़ी इज्जत ना बोलो। हाय मेहमाना, मेरे तन ने तेनु कुटना बहुत है। केड़ी गलो? जड़े तेरे लच्छन है ना, कुट खान वाली ने। ओ जा तू ढिल्ली जुड़ी। चंगा सोच लियो, कुटदा लगदा। फोन कट। पाली हेलो, ओ किद्दा सोने हो, की हाल है? परवान की होया? कुछ चाहिदा? अच्छा इत्थों बोली सी। ओ मैं ता देखना सी किते ओ एनआरआई नाल ते नहीं गल्ला मारदी मिट्टियां मिट्टियां। चल गुड नाइट बाय। ओ तू जा। हाय कोठे ते किल माया, कोठे ते किल माया। अगे की सी? चल छड, पर आज तरी नींद आंदी मेनू, आज तो नवे बूटे च ना चा चढ़े पै सारे आन का। हाय बस बापू बन जवे। गरम चाह पड़ा के मेरा गला फूकना है, ठंडी करके लेके आनू। ठंडी करके ले आया, ताया खेतां नू गया, कह के गया सी वी मुंडे नू पहली बस बिठाना है। चल तित्तर होया तित्तर है। ओ गल सुनो तू मेरी, तू मेरे ना बड़ा अड़िया ना कर, डरता नहीं मैं तेरे ताए तो, मिल के जाऊंगा मैं। गरम करके लेके जा, ठंडी नहीं पीनी मैं। तू डरूगी तो ज्यादा लगदा कि आप ही ना दत्ता होके जाए ताए तो। पाली 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 कितने भागल गया। गुड मॉर्निंग जी। तू गया नहीं? चलिया जाऊंगा, चाह चू तो पूछ लो। नर तेन गल दसा, ਤੁਹਾਡਾ ਘਰ ਬਹੁਤ ਸੋਹਣਾ, ਇੱਥੇ ਸੁਪਨੇ ਵੀ ਬਹੁਤ ਸੋਹਣੇ ਸੋਹਣੇ ਆਉਂਦੇ ਆ। ਤੁਹਾਨੂੰ ਪਤਾ ਰਾਤੀ ਮੇਰੇ ਕੀ ਸੁਪਨਾ ਆਇਆ? ਆਪਾਂ ਬੱਸ 'ਚ ਉਤਰੇ ਅਤੇ ਤੁਸੀਂ ਮੈਨੂੰ ਪ੍ਰਪੋਜ਼ ਕਰਤਾ। ਹੈਰਾਨੀ ਵਾਲੀ ਗੱਲ ਪਤਾ ਕੀ ਆ? ਕਿ ਮੈਂ ਤੈਨੂੰ ਹਾਂ ਵੀ ਕਰਤੀ। ਝੂਠਾ, ਹੋਰ ਕੁਛ? ਝੂਠਾ ਨਹੀਂ ਜੀ ਹੈਗਾ ਮੈਂ। ਤੁਹਾਨੂੰ ਪਤਾ ਮੇਰੀ ਬੇਬੇ ਕੀ ਕਹਿੰਦੀ ਆ? ਜਿਹੜੇ ਐਂ ਕਹਿੰਦੇ ਨਾ ਆਪ ਝੂਠੇ ਹੁੰਦੇ ਆ, ਮੈਂ ਨਹੀਂ ਝੂਠਾ ਹੈਗਾ। ਉਹ ਤੇਰੀ ਭੈਣ ਨੂੰ ਲੈ ਜਾਂ ਵਿਆਹ ਕੇ। ਗਾਲ ਕਿਹਨੂੰ ਕੱਢੀ ਆ? ਤੈਨੂੰ ਗਾਲ ਕਦ ਕੱਢੀ ਆ? ਤੈਨੂੰ ਕਹਿ ਚਾਹ ਤੱਤੀ ਆ, ਮੂਵ ਕਰ ਤੂੰ ਮੇਰਾ। ਇਹਨੂੰ ਠੰਡੀ ਕਰਕੇ ਲੈ ਕੇ ਭੱਜਾ। ਪਾਲੀ ਫੜੀ ਮੜੇ ਜਾ, ਆ ਜਾ ਤੇਰੇ ਦਾ ਚਾਹ ਪੀਣਾ ਨਹੀਂ ਲੱਛਣੀ। ਉਹ ਗੱਲ ਕਰ ਲੈਣ ਦੇ। ਓਏ ਆ ਜਾ ਤਾਈ ਨੂੰ ਮਿਲ ਤੋ ਬਹੁਤ ਚੰਗਾ। ਚਾਹ ਤਾਂ ਠੰਡੀ ਆ। ਝੂਠਾ, ਓ ਛੇਤੀ ਕਰੋ ਯਾਰ ਨਿਕਿਆ, ਕੀ ਕਰੀ ਜਾਂਦੇ ਹੋ? ਫੇਰ ਕਣਕ ਬੰਨੀ ਵੀ ਹੋਣਾ। ਆ ਜਾ ਆ ਜਾ ਤੁਰ ਆ ਤਾਇਆ। ਓ ਤਾਇਆ ਆ ਕਹਿੰਦਾ ਵੀ ਤੈਨੂੰ ਮਿਲ ਕੇ ਜਾਣਾ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਮਿਲੇ ਬਿਨਾਂ ਥੋੜਾ ਚਲੇ ਜਾਂਦਾ ਅੰਕਲ ਜੀ। ਅੰਕਲ ਕੀ ਹੁੰਦਾ ਓਏ? ਅੰਕਲ ਨਹੀਂ ਕਮਾ ਤਾਂ ਹੋਰ ਕੀ ਕਹਾਂ ਜੀ। ਫੁੱਫੜ ਆਖਲਾ? ਫੁੱਫੜ ਨਾ ਜੀ ਨਾ, ਜਮਾ ਹੀ ਨਹੀਂ, ਮੇਰੀ ਕਿਹੜਾ ਕੋਈ ਭੂਆ।
ਮਾਮਾ ਕਹਿ ਲੈਣਾ ਜੀ। ਇਹ ਗੱਲ ਤੇਰੀ ਠੀਕ ਹੈ, ਬੁੜੇ ਨੂੰ ਮੇਰਾ ਸਾਲਾ ਨਾ ਬਣਾਈ, ਮੈਨੂੰ ਬੁੜੇ ਦਾ ਸਾਲਾ ਬਣਾ ਦੇ। ਮੈਨੂੰ ਲੱਗਦਾ ਜੀ ਚਾਚੇ ਦਾ ਚੱਕਰ ਚ ਆਪਣਾ ਫੇਰ ਰੌਲਾ ਪੈ ਜਾਣਾ, ਕਿਉਂਕਿ ਬੇਬਰਾ ਜਿਹੜਾ ਤੁਸੀਂ ਬਣਨਾ ਨੀ ਤੇ ਹੋਰ ਆਪਾਂ ਵੰਡ ਹੀ ਦੇਣਾ। ਵੈਸੇ ਗੱਲ ਕਹਾਂ ਜੀ, ਤੁਸੀਂ ਜਮਾਂ ਮੈਨੂੰ ਮੇਰੇ ਬਾਪੂ ਵਰਗੇ ਲੱਗਦੇ ਹੋ, ਬਾਪੂ ਕਹਿ ਲਿਆ ਕਰਾਂ। ਛੇਤੀ ਕਰੋ ਯਾਰ, ਕੀ ਕਰੀ ਜਾਂਦੇ ਹੋ? ਠੀਕ ਹੈ ਨਾ ਜੀ, ਨਾ ਜੇ ਤੁਹਾਡੀ ਵਾਰਤਾਲਾਪ ਪੂਰੀ ਹੋ ਗਈ ਤਾਂ ਫਿਰ ਆਪਾਂ ਚੱਲੀਏ। ਉਹ ਖੜ ਜਾ, ਬਾਪੂ ਜੀ ਨਾਲ ਪੱਠੇ ਦਾ ਪੜਾ ਲੈਣ ਦੇ। ਲਿਆ ਚਾਚਾ ਦਾਤੀ, ਮੈਂ ਵੜਦਾ। ਓ ਰਹਿਣ ਦੇ ਰਹਿਣ ਦੇ ਓਏ ਸ਼ੇਰੀਆ, ਹੱਥ ਵੜਾ ਲੇਂਗਾ ਐਵੇਂ। ਨਾ ਬਾਪੂ ਜੀ, ਤੁਹਾਨੂੰ ਮੈਂ ਕਿਹੜੇ ਪਾਸੋਂ ਸ਼ੇਰੀ ਲੱਗਦਾ, ਅੰਬਰਸਰ 'ਚ 45 ਕਿੱਲੇ ਪੈਲੀ ਆਪਣੀ। ਓਏ ਅੰਬਰਸਰ ਕਿਹੜਾ ਤੇਰੇ ਪਿਓ ਵਾਲਾ ਪਿੰਡ ਆ ਓਏ। ਹੁਣ ਪਹਿਲੀ ਸ਼ਹਿਰ 'ਚ ਆ ਗਈ ਬਾਪੂ ਜੀ, ਮੇਰਾ ਕੀ ਕਸੂਰ ਹੈ ਤੇ? ਨਾਲੇ ਤੁਸੀਂ ਆਕਲੈਂਡ ਬੜਾ ਪਿੰਡ ਲੱਭਿਆ, ਇੱਕੋ ਕੁੜੀ ਆ ਉਹ ਵੀ ਤੋਰਤੀ ਬਾਹਰ ਨੂੰ, ਕੱਲਾ ਪਿੰਡਾਂ ਵਾਲੀਆਂ। ਓਏ ਓਏ ਇੱਥੇ ਗਿਆ, ਵੇਖਿਆ ਪਾਲਿਆ ਸਾਡਾ, ਤੇਰੇ ਵਾਂਗੂ ਮਾਪਿਆਂ ਦੀ ਕਮਾਈ ਤੇ ਐਸ਼ ਨਹੀਂ ਕਰਦਾ, ਅਗਲਾ ਕਮਾਉਂਦਾ ਤੇ ਖਾਂਦਾ। ਆ ਜਾਣਦਾ ਵਾ ਕਮਾਉਣ ਵਾਲਿਆਂ ਨੂੰ, ਸਾਰਾ ਦਿਨ ਕੰਮ ਕਰੀ ਜਾਂਦੇ ਆ, ਨਾ ਘਰ ਵਾਲਿਆਂ ਲਈ ਟਾਈਮ ਨਾ ਘਰ ਵਾਲੇ ਲਈ। ਚੁੱਪ ਓਏ, ਫੁੱਫੜ ਨੂੰ ਮੱਤਾਂ ਨਹੀਂ ਦੇਈਦੀਆਂ ਹੁੰਦੀਆਂ, ਜਾ ਕੇ ਪੱਠੇ ਲਦਾ, ਆ ਫੜਾ ਦੇ ਇਹਨੂੰ, ਸਾਰੇ ਰੰਗ ਲਾਤੇ ਨੇ ਪੱਠੇ ਵੱਢ ਕੇ, ਚੱਲ ਤੂੰ ਵੱਢੂ ਗਏ ਪੱਠੇ। ਚੰਗਾ ਵੀ ਪ੍ਰਵਾਨ ਸਿਆ, ਘਰੇ ਚਾਹੇ ਪਾਣੀ ਦਾ ਗਲਾਸ ਨਾ ਚੱਕ ਕੇ ਪੀਤਾ ਹੋਵੇ, ਇੱਥੇ ਗੱਡਾ ਲੱਦਣ ਲੱਗਿਆ। ਹਾਂ ਚੱਲ, ਇਹ ਸ਼ਕੈਨਿਕ ਕਰਵਾਉਣੀ ਤਾਂ ਮੰਗਦਾ ਹੀ ਆ, ਨਾਲੇ ਜੇ ਇੰਨੇ ਕਲਾ ਜੇ ਬਾਪੂ ਮੰਨ ਜਾਵੇ ਤਾਂ ਇਹ ਤਾਂ ਸੌਖਾ, ਹੋਰ ਕੀ ਆ। ਉਹ ਤੇਰੀ ਕਿੰਨੀ ਸੋਹਣੀ ਲੱਗੀ ਜਾਂਦੀ ਆ ਬਾਪੂ ਜੀ। ਉਹ ਮੈਂ ਵੀ ਸੋਚਦਾ ਸੀ ਕਿ ਮੈਨੂੰ ਵੀ ਦੇਸੀ ਜੀ ਕੁੜੀ ਮਿਲ ਜਾਵੇ, ਜਿਹਦੇ ਮੱਥੇ ਤੇ ਨਾ ਬਾਲਾਂ ਦੀ ਲੱਟ ਗਿਰਦੀ ਹੋਵੇ, ਅੱਖਾਂ ਇੰਨੀਆਂ ਸੋਹਣੀਆਂ ਹਾਏ ਕਿ ਸੁਰਮਚੂ ਲੱਗਣ ਦਾ ਵੀ ਡਰ ਹੋਵੇ। ਅੱਜ ਚੁੰਨੀ ਫਿਰੇ ਹਵਾ ਚੁੜਦੀ, ਗੱਟਾਂ ਤੋਂ ਤਿਲਕਦੀ ਫਿਰੇ, ਜੇ ਕੋਈ ਹੋਈ ਨਿਗਾਹ ਚ ਨਾ ਜ਼ਰੂਰ ਦੱਸਿਓ। ਤੂੰ ਚੁੱਪ ਨਹੀਂ ਕਰਦਾ ਓਏ? ਉਹ ਨਹੀਂ ਬਾਪੂ ਜੀ, ਮੈਂ ਤਾਂ ਪਾਲੀ ਨੂੰ ਵੀ ਕਿਹਾ ਸੀ ਕਿ ਤੇਰੀ ਨਿਗਾਹ 'ਚ ਕੋਈ ਕੁੜੀ ਤਾਂ ਦੱਸੀ ਬਾਪੂ। ਆਲ ਆ ਗਈ ਪਾਲੀ। ਹਰਜਿੰਦਰ ਸਿੰਘ ਬਰਾੜ ਆਏ ਸੀ ਪੱਟੀ ਵਾਲੇ, ਉਹਨਾਂ ਦੇ ਪਿੰਡ ਮੇਲਾ ਹੈ। ਚਲੋ ਛੇਤੀ ਜਾਣ ਤੋਂ ਪਹਿਲਾਂ ਇੱਕ ਹੋਰ ਡਾਂਗਾ ਸੋਟੀਆਂ ਵਾਲੀ ਖੇਡ ਹੋ ਜਾਵੇ ਇਕੱਠੇ ਜੋੜੀ 'ਚ। ਹਾਂ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਪੁੱਤਰ, ਆਪਾਂ ਵੀ ਚੱਲਦੇ ਹਾਂ, ਵੇਖਦੇ ਹਾਂ ਬਚੱਕਾ। ਚਲੋ ਜੀਟਰ, ਬਾਈ ਨੂੰ ਚੜਾ ਕੇ ਆ ਬੱਸ ਤੇ। ਹਾਂ ਹਾਂ ਆ ਜਾ ਆ ਜਾ। ਉਹ ਖਰਜਾ, ਮੈਂ ਵੀ ਚੱਲੂੰਗਾ ਬਾਪੂ ਜੀ, ਨਾਲ ਤੁਹਾਨੂੰ ਦੱਸਣਾ ਮੈਂ ਸ਼ਹਿਰੀ ਨਿਗਾਹ, ਮੈਂ ਪੇਂਡੂ ਹਾਂ, ਬਸ ਤੁਸੀਂ ਮੇਰੀ ਪਹਿਲਾਂ ਜੋੜੀ ਬਣਾ ਦਿਓ। ਕੀ ਮਤਲਬ? ਚਾਹੇ ਤੁਸੀਂ ਆ ਜਾਓ ਪਰ ਮੈਂ ਪੱਕਾ ਜਾਣਾ। ਓਏ ਤੈਨੂੰ ਪਤਾ ਵੀ ਹੈ ਖੇਡ ਕੀ ਹੈ? ਉਹ ਜਿਹੜੀ ਮਰਜ਼ੀ ਹੋ ਜਾਵੇ, ਯੂ ਨੋ ਆਈ ਐਮ ਵੈਰੀ ਸਪੋਰਟਿਵ ਪਰਸਨ। ਦੇਖੀ ਫੱਟੇ ਚੱਕ ਦੂਗਾ ਫੱਟੇ। ਲੜ ਲੂਗਾ? ਔਖਾ ਹੀ ਹੈ। ਹਾਂਜੀ ਦੋਸਤੋ, ਇਸ ਵਾਰ ਸਿੱਧੂ ਸਾਹਿਬ ਦੇ ਨਾਲ ਆਇਆ ਮੁੰਡਾ ਪਰਵਾਨ, ਤੇ ਦੇਖਦੇ ਆ ਕੀ ਬਣਦਾ ਇਸ ਮੁਕਾਬਲੇ ਦਾ। ਇੱਕ ਪਾਸੇ 6 ਨੌਜਵਾਨ, ਦੂਸਰੇ ਪਾਸੇ ਸਿੱਧੂ ਸਾਹਿਬ ਫੜ ਲਿਆਂਦਾ। ਚੁੱਪ ਕਰ, ਬੈਰੀਕੇਡਦਾ ਪੈਰਾਂ ਤੇ ਮਾਰ ਦਿਆ, ਪੈਰਾਂ ਥੋੜਾ ਮਾਰੀ ਦਾ ਸਾਲਿਆ। ਉਦੋਂ ਤਾਂ ਬੜਾ ਜਿਉਣ ਮੋੜ ਬਣਦਾ ਸੀ, ਪਤਾ ਹਾਰ ਗਿਆ ਬੈਰੀਕੇਡਦਾ। ਨਹੀਂ ਨਹੀਂ ਠੀਕ ਆ, ਟੁੱਟਣੋਂ ਬਚ ਗਈ, ਪਲਾਸਟਰ ਦੀ ਲੋੜ ਨਹੀਂ। ਡਾਕਟਰ ਸਾਹਿਬ ਮੈਂ ਕਿੰਨੇ ਦਿਨ ਨਹੀਂ ਚੱਲ ਸਕਦਾ? 3-4 ਦਿਨ ਆਪਣਾ ਧਿਆਨ ਰੱਖੋ। ਓਹ ਮੈਂ ਤਾਂ ਅੱਜ ਪਿੰਡ ਜਾਣਾ ਸੀ ਜੀ, ਮਤਲਬ ਫਿਰ ਜਾ ਨਹੀਂ ਸਕਦਾ? ਨਹੀਂ ਨਹੀਂ ਚਲੋ, ਇਹ ਵੀ ਤਾਂ ਆਪਣਾ ਹੀ ਘਰ ਆ। ਡਾਕਟਰ ਸਾਹਿਬ ਕਿਤੇ ਝੂਠ ਤਾਂ ਨਹੀਂ ਬੋਲਦਾ
ਮੈਨੂੰ ਇਹਦੇ ਲੱਛਣ ਜੇ ਠੀਕ ਨਹੀਂ ਲੱਗ ਰਹੇ। ਨਹੀਂ ਨਹੀਂ ਸੱਟ ਲੱਗੀ ਆ। ਝੂਠਾਂ ਦੀ ਪੰਡ। ਕਿਉਂ ਆਪਦਾ ਜਲੂਸ ਕਢਾ ਰਿਹਾ, ਚਲਾ ਜਾ ਵਾਪਸ। ਪਤਾ ਮੈਂ ਤੇ ਬਾਪੂ ਅੱਜ ਤੱਕ ਨਹੀਂ ਹਾਰੇ। ਗੱਲ ਜਿੱਤ ਹਾਰਦੀ ਨੀ ਪਾਲੀ, ਗੱਲ ਤੇਰੀ ਖੁਸ਼ੀ ਦੀ ਆ। ਜੇ ਉਹ ਲੈਂਸਰ ਵਾਲੀ ਕੁੜੀ ਮੈਨੂੰ ਰਿਸ਼ਤੇ ਤੋਂ ਨਾ ਕਰਦੀ ਤੇ ਉਹ ਅਮਲੀ ਜਾਂ ਕੰਡਕਟਰ ਬੱਸ ਵਾਲੀ ਨਾ ਕਰਦਾ ਤੇ ਤੂੰ ਖੁੱਲ੍ਹੇ ਪੈਸੇ ਲੈ ਕੇ ਬੱਸ ਚੜ੍ਹਦੀ ਨਾ ਤਾਂ ਆਪਾਂ ਕਦੇ ਨਾ ਮਿਲਦੇ। ਇਹ ਰੱਬ ਆਪਾਂ ਨੂੰ ਬੜਾ ਰਿਹਾ, ਤੂੰ ਉਹਦੇ ਇਸ਼ਾਰੇ ਨੂੰ ਸਮਝ। ਕੱਚਿਆਂ ਨੇ ਕੱਚ ਉੱਤੇ ਨੱਚ ਕੇ ਦਿਖਾਤਾ ਓਏ, ਦੁਨੀਆ ਦਾ ਮੈਂ ਤਾਂ ਹਾਏ ਮੋਹ ਵੀ ਮੁਕਾਤਾ ਓਏ, ਨੀ ਦੱਸ ਕਿਹੜੀ ਗਲਤੀ ਕਰੀ, ਨੀ ਜਿੰਦ ਮੇਰੀ ਜਾਂਦੀ ਐ ਡਰੀ, ਇਹ ਤੋਂ ਪਹਿਲਾਂ ਚਲੀ ਜਾਵੇ ਹਾਇਓ ਮੇਰੀ ਜਾਨ, ਤੂੰ ਬਸ ਮੈਨੂੰ ਹੋਰ ਨਾ ਅਜ਼ਮਾ, ਤੂੰ ਬਸ ਕਰ ਹੋਰ ਨਾ ਅਜ਼ਮਾ। ਕੱਚਿਆਂ ਨੇ ਕੱਚ ਉੱਤੇ ਨੱਚ ਕੇ ਦਿਖਾਤਾ ਓਏ, ਦੁਨੀਆ ਦਾ ਮੈਂ ਤਾਂ ਹਾਏ ਮੋਹ ਵੀ ਮੁਕਾਤਾ ਓਏ, ਪਹਿਲਾਂ ਚਲੀ ਜਾਵੇ ਹਾਇਓ ਮੇਰੀ ਜਾਨ, ਤੂੰ ਬਸ ਮੈਨੂੰ ਹੋਰ ਨਾ ਅਜ਼ਮਾ, ਤੂੰ ਬਸ ਕਰ ਹੋਰ ਨਾ ਅਜ਼ਮਾ। ਸਾਰੀ ਸਾਰੀ ਰਾਤ ਮੇਰੇ ਨੈਣ ਰਹਿੰਦੇ ਜਾਗਦੇ, ਤੂੰ ਵੀ ਦੂਰ ਹੋਇਓ ਲਾਕੇ ਇਸ਼ਕੇ ਦਾ ਜਾਗ ਵੇ, ਸਾਰੀ ਸਾਰੀ ਰਾਤ ਮੇਰੇ ਨੈਣ ਰਹਿੰਦੇ ਜਾਗਦੇ, ਤੂੰ ਵੀ ਦੂਰ ਹੋਇਓ ਲਾਕੇ ਇਸ਼ਕੇ ਦਾ ਜਾਗ ਵੇ, ਚੰਨਾ ਵੇ ਮੇਰੀ ਅੱਖ ਨਾ ਲੱਗੇ ਤੇ ਦੋਵੇਂ ਨੈਣ ਤੇਰੇ ਤੋਂ ਠੱਗੇ, ਅੱਖੀਆਂ ਨੂੰ ਦੱਸ ਕਿਹੜੀ ਗੱਲ ਦੀ ਸਜ਼ਾ, ਤੂੰ ਬਸ ਮੈਨੂੰ ਹੋਰ ਨਾ ਅਜ਼ਮਾ, ਤੂੰ ਬਸ ਮੈਨੂੰ ਹੋਰ ਨਾ ਅਜ਼ਮਾ, ਤੂੰ ਬਸ ਕਰ ਹੋਰ ਨਾ ਅਜ਼ਮਾ। ਮੁੱਕਦੀ ਇਹ ਗੱਲ ਤੇਰੇ ਬਿਨਾਂ ਰਹਿਣਾ ਦਿਨੋ ਦਿਨ ਗਮ ਤੇਰਾ ਹੋਈ ਜਾਂਦਾ ਚੌਖਾ ਏ, ਮੁੱਕਦੀ ਏ ਗੱਲ ਤੇਰੇ ਬਿਨਾਂ ਰਹਿਣਾ ਔਖਾ ਏ, ਦਿਨੋ ਦਿਨ ਗਮ ਤੇਰਾ ਹੋਈ ਜਾਂਦਾ ਚੌਖਾ ਏ, ਪਾਲੀ ਜੇ ਤੇਰੀ ਮੰਗਣੀ ਨਾ ਹੋਈ ਹੁੰਦੀ ਫਿਰ ਤੂੰ ਮੰਨ ਜਾਣਾ ਸੀ? ਕੋਈ ਫਾਇਦਾ ਹੈ ਇਸ ਗੱਲ ਦਾ? ਮੇਰਾ ਮਤਲਬ ਜੇ ਤੇਰੀ ਉਹਦੇ ਨਾਲ ਵਿਆਹ ਤੋਂ ਬਾਅਦ ਨਾ ਬਣੀ ਤੇ ਤੈਨੂੰ ਯਾਦ ਆਇਆ ਕਿ ਪ੍ਰਵਾਨ ਤੇਰੇ ਹਾੜੇ ਕੱਢਦਾ ਸੀ, ਫਿਰ ਤੂੰ ਗੋਡਿਆਂ ਸਿਰ ਦੇ ਕੇ ਰੋਏਂਗੀ? ਯਾਰ ਇਹ ਵੀ ਨਹੀਂ ਤੇ ਉਹ ਵੀ ਨਹੀਂ, ਕੁਛ ਤਾਂ ਦੱਸਣਾ ਪੈਣਾ। ਤੈਨੂੰ ਇਹ ਮਜ਼ਾਕ ਲੱਗਦਾ? ਮਜ਼ਾਕ ਲੱਗਦਾ ਤੈਨੂੰ? ਇਹ ਪਿੰਡ ਹੈ ਪ੍ਰਵਾਨ, ਇੱਥੇ ਗੱਲ ਉੱਡਦੇ ਦੇਰ ਨਹੀਂ ਲੱਗਦੀ, ਪਰ ਤੂੰ ਜਿਗਰਾ ਦੇਖ ਮੇਰੇ ਬਾਪੂ ਦਾ, ਮੈਂ ਤੇਰੇ ਨਾਲ ਸਾਰੇਆਮ ਪਿੰਡ ਘੁੰਮ ਰਹੀ ਹਾਂ, ਉਹਨੇ ਫਿਰ ਵੀ ਕੁਛ ਨਹੀਂ ਕਿਹਾ, ਪਰ ਹੁਣ ਕੁਝ ਜ਼ਿਆਦਾ ਹੀ ਹੋ ਗਿਆ, ਤੂੰ ਮੇਰੇ ਲਈ ਬਸ ਇੱਕ ਦੋਸਤ ਹੈ, ਉਸ ਤੋਂ ਅੱਗੇ ਕੁਛ ਨਹੀਂ।
तेरे लिए चंगा ए है तू अपना नाटक बंद करके चुपचाप इतो चला जा। ओ जीटरा। हाँ ताया। ओ मुंडे नु चाह दे दी। ओ तो ताया गया, चल बढ़िया हो गया, भाग गया। जानदा रिया। हाँ ताया। कमाल दा मुंडा। जानदा भी रिया, मिलके भी नहीं गया। ओ गिली यार, मैं तो पहले ही कहा थी का के एकना ही होगा। ओ चुप करो स्कूटरी, मैं तो अपने चक्के जे पिंगे ना करा ली किते। ਉਹ ਬਾਹਰ ਲਿਆ ਅਰਗੇ ਦਾ ਪ੍ਰਧਾਨ ਮੈਂ ਛੱਤੀ ਹੈਰਾਨ ਦਾ, ਪਰ ਉਹਦੇ ਬਾਪੂ ਦੇ 23 ਸਾਲਾਂ ਦੇ ਪਿਆਰ ਅੱਗੇ ਨਾ ਮੇਰੇ 23 ਦਿਨਾਂ ਦਾ ਇਸ਼ਕ ਬਹੁਤ ਛੋਟਾ ਰਹਿ ਗਿਆ। ਪ੍ਰਧਾਨ ਇਹ ਤਾਂ ਔਕਣਾ ਹੀ ਹੋ ਗਿਆ। ਓਏ ਔਕਣਾ ਕਿਕਣਾ, ਜਿਕਣਾ ਊਂਟ ਕੇ ਮੂੰਹ ਮਾ ਜੀਰਾ, ਮੈਂ ਥਾਪੜਾ ਮਾਰੂੰ ਕੰਨ ਤੇ ਇਹਨੂੰ ਪੁੱਠਾ ਟੰਗ ਹੋਏ ਗਿਲ, ਹੋਰ ਹੀ ਊਂਟ ਦੇ ਪਟੰਗ ਮਾਰੀ ਜਾਂਦਾ। ਕਿੱਥੇ ਬਾਪੂ ਕਿੱਥੇ ਜੀਰਾ ਕਿੱਥੇ ਊਂਟ, ਸਾਲਾ ਵਿੱਢਣ ਜਾ। ਫੋਨ ਚੱਕ ਲੈ, ਵਿੱਢਣ ਜਾ। ਆ ਚੜੇਲ ਦਾ ਇਸ ਵੇਲੇ ਕਿੱਥੋਂ ਆ ਗਿਆ। ਹਾਂ ਪਿੰਕੀ, ਬੇਬੀ ਸ਼ਾਪਿੰਗ ਲਈ ਚੱਲੀਏ। ਓ ਯਾਰ ਹੁਣ ਤੈਨੂੰ ਕਿੱਥੋਂ ਕਰਾ ਦਾਦੀ ਰਾਤ ਸ਼ਾਪਿੰਗ, ਮੈਂ ਕਿਹੜੇ ਤੇਰੇ ਪਿਓ ਦਾ ਮਾਲ ਖੁੱਲਾ ਹੈ। ਲਿਪ ਗਲੋਸ ਮੁੱਕ ਗਏ ਸੀ ਇਧਰ, ਸਾਡੇ ਯਾਰ ਦਾ ਦਿਲ ਟੁੱਟਿਆ ਪਿਆ, ਤੈਨੂੰ ਲਿਪ ਗਲੋਸਾਂ ਦੀ ਹੋਈ ਪਈ ਹੈ। ਵੈਸੇ ਕੀ ਹੁੰਦੇ ਨੇ ਇਹ? ਗਿੱਲ ਵੀਰੇ, ਇਹਦੇ ਤਾਂ ਬੁੱਲਾਂ ਤੋਂ ਹਾਸੇ ਉੱਡ ਗਏ ਯਾਰ। ਹਾਂ ਯਾਰ, ਕਿੰਨੀ ਕਾਲੀ ਹੈ ਇਹਨੂੰ ਸੌਰੀ ਜਾਣ ਵਾਸਤੇ। ਮੈਨੂੰ ਕਾਲੀ ਹੈ ਕਿ ਤੈਨੂੰ ਤੋਰਨ ਦੀ ਕਾਲੀ ਹੈ? ਹੋਰ 2 ਸਾਲ ਰੁਕ ਕੇ ਰਿਸ਼ਤਾ ਕਰਨਾ ਸੀ। ਭਾਲੀ ਅਸੀਂ ਪੰਜਾਬੀ ਕਿੰਨੇ ਵੀ ਮਜ਼ਬੂਤ ਕਿਉਂ ਨਾ ਹੋਈਏ, ਪਰ ਧੀ ਜੰਮੀ ਤੋਂ ਇੱਕ ਡਰ ਜਿਹਾ ਬੈਠ ਜਾਂਦਾ ਕਿ ਕਿਧਰੇ ਪੱਗ ਦਾ ਦਾਗ ਹੀ ਨਾ ਬਣ ਜਾਏ। ਤੂੰ ਸਿਆਣੀ ਹੈ, ਚਿੱਟੀ ਚਾਦਰ 'ਤੇ ਤਾਂ ਪਾਣੀ ਦਾ ਦਾਗ ਵੀ ਲੱਗ ਜਾਂਦਾ ਹੈ, ਪਰ ਤੂੰ ਹਮੇਸ਼ਾ ਮੇਰਾ ਮਾਣ ਵਧਾਇਆ। ਮੈਂ ਤੈਨੂੰ ਜਿਸਦੇ ਵੀ ਲੜ ਲਾਇਆ ਤੂੰ ਲੱਗਣ ਜਾ ਰਹੀ ਹੈ ਧੀਏ। ਅੱਜ ਮੇਰਾ ਜੀ ਕਰਦਾ ਕਿ ਤੂੰ ਆਪਣੇ ਹੱਥੀਂ ਮੇਰੇ ਪੱਗ ਬੰਨ ਦੇ। ਪਰਦੇਸੀ ਜਾਨੀ ਹੈ, ਆਪਦਾ ਖਿਆਲ ਰੱਖੀ ਹੈ, ਨਾਲੇ ਕੁਛ ਖਾਇਆ ਪੀਆ ਕਰ। ਲਿੱਸੀ ਹੁੰਦੀ ਜਾਨੀ ਹੈ। ਨਹੀਂ ਨਹੀਂ, ਕੀ ਤੂੰ ਧਿਆਨ ਹੀ ਨਹੀਂ ਰੱਖਦੀ? ਹਾਂ, ਤੇ ਇੱਕ ਗੱਲ ਹੋਰ, ਉਹ ਸਮੇਰ ਨੂੰ ਸੁਨੇਹਾ ਦੇ ਦੀ, ਉਹ ਤੈਨੂੰ ਹਵਾਈ ਅੱਡੇ ਤੋਂ ਲੈ ਲੂਗਾ। ਹੁਣ ਭੁੱਲੀ ਨਾ, ਆ ਜਾ ਹੁਣ ਬੈਠੀਏ। ਜਾਓ, ਥੈਂਕ ਯੂ। ਪਰਵਾਨ,
ਕਮਾਲ ਹੈ, ਪਿੰਡ ਮਿਲ ਕੇ ਨਹੀਂ ਆਇਆ ਤੇ ਅੱਜ ਬਿਨਾਂ ਦੱਸੇ ਆ ਗਿਆ। ਬਿਨਾਂ ਦੱਸੇ ਨਹੀਂ ਆਇਆ, ਤੇਰਾ ਮੈਸੇਜ ਆਇਆ ਸੀ ਮੈਨੂੰ। ਮੈਸੇਜ? ਗਲਤੀ ਨਾਲ ਹੋ ਗਿਆ, ਮੈਂ ਸੁਮੇਰ ਨੂੰ ਕਰਨਾ ਸੀ, ਤੈਨੂੰ ਕਰਤਾ। ਚੱਲ ਠੀਕ ਹੈ ਫਿਰ, ਮੈਂ ਚੱਲਦਾ। ਇੰਨਾ ਗੁੱਸਾ, ਬੋਲ ਤਾਂ ਸਹੀ, ਮੈਂ ਕਿੱਥੇ ਗਲਤ ਹਾਂ? ਤੂੰ ਕਿਤੇ ਗਲਤ ਨਹੀਂ ਪਾਲੀ, ਨਾ ਮੈਂ ਤੈਨੂੰ ਕਹਿ ਰਿਹਾ ਤੂੰ ਮੈਨੂੰ ਲੁੱਟ ਕੇ ਖਾ ਗਈ, ਤੂੰ ਮੈਨੂੰ ਬਰਬਾਦ ਕਰਤਾ। ਤੂੰ ਆਪਣੀ ਜਗ੍ਹਾ ਠੀਕ ਆ ਤੇ ਮੈਨੂੰ ਆਪਣੀ ਜਗ੍ਹਾ ਠੀਕ ਰਹਿਣ ਦੇ। ਹਾਂ, ਤੂੰ ਮੇਰੀ ਲਾਈਫ ਦਾ ਸਭ ਤੋਂ ਵੱਡਾ ਚਾਅ ਸੀ, ਹੁਣ ਨਹੀਂ ਪੂਰਾ ਹੋਇਆ ਤਾਂ ਕੋਈ ਧੱਕਾ ਥੋੜਾ ਨਾ। ਕਿਹਾ ਨਾ, ਗਲਤੀ ਨਾਲ ਹੋ ਗਿਆ ਮੈਸੇਜ, ਮੈਨੂੰ ਕੀ ਮਿਲਣਾ ਤੈਨੂੰ ਛੇੜ ਕੇ? ਗਲਤੀ ਨਾ ਹੋ ਗਿਆ ਸੀ ਨਾ, ਆਪਣਾ ਫੋਨ ਦੇ। ਮੈਂ ਆਪਣਾ ਨੰਬਰ ਡਿਲੀਟ ਕਰਤਾ, ਅੱਜ ਤੋਂ ਗਲਤੀ ਨਾਲ ਵੀ ਗਲਤੀ ਨਹੀਂ ਹੋਊਗੀ। ਚੰਗਾ, ਸਤਿ ਸ਼੍ਰੀ ਅਕਾਲ। ਕਿਸੇ ਦੀ ਨਾ ਤੋੜੀ, ਜਿੰਦੇ ਆਪਾਂ ਤੁਰ ਜਾਣਾ, ਪਲ ਰਹਿ ਗਏ ਨੇ ਥੋੜੇ। ਉਹ ਜਿੰਦੇ ਆਪਾਂ ਤੁਰ ਜਾਣਾ, ਦਿਨ ਰਹਿ ਗਏ ਨੇ ਥੋੜੇ। ਚੀਕਾਂ ਨਿਕਲ ਗਈਆਂ ਸਕੂਟਰੀ ਵੀਰੇ। ਹੌਸਲਾ ਰੱਖ ਯਾਰ। ਨਾ ਗਿੱਲ, ਨੀ ਤੂੰ ਤਾੜ ਤਾੜ ਵੰਗਾ ਕੱਢਦੀ ਸੀ ਪਿਆਰ, ਓ ਨੀ ਤੂੰ ਤਾੜ ਤਾੜ ਵੰਗਾ ਕੱਢਦੀ ਸੀ ਪਿਆਰ। ਜਦੋਂ ਤੇਰਾ ਚਿਤਾਵੇ ਤੇ ਮੈਂ ਰੋਵਾਂ ਜ਼ਾ, ਟੋਟੇ ਟੁੱਟੀਆਂ ਵਾਂਗਾਂ ਦੇ ਮੈਥੋਂ ਜਾਣੇ ਨਹੀਂ ਜੋੜੇ, ਟੋਟੇ ਟੁੱਟੀਆਂ ਵਾਂਗਾਂ ਦੇ ਮੈਥੋਂ ਜਾਣੇ ਨਹੀਂ ਜੋੜੇ। ਜਿੰਦੇ ਰੱਬਾ ਤੁਰ ਜਾਣਾ, ਪਲ ਰਹਿ ਗਏ ਨੇ ਥੋੜੇ। ਚਲੋ ਸੱਜਣਾ ਨੇ ਦੇਸੋ, ਖਾਲੀ ਹੱਥ ਤੇ ਨਹੀਂ ਮੋੜੇ। ਚਲੋ ਸੱਜਣਾ ਨੇ ਦੇਸੋ, ਖਾਲੀ ਹੱਥ ਤੇ ਨਹੀਂ ਮੋੜੇ। ਚਲੋ ਸੱਜਣਾ ਨੇ ਦੇਸੋ, ਖਾਲੀ ਹੱਥ ਤੇ ਨਹੀਂ ਮੋੜੇ।
गल जित हार दी नहीं पाली, गल तेरी खुशी दी है। ये रब आपां नूं बड़ा रहा, तू दे इशारे नूं समझ। हाँ जी चलिए फिर। So, now we just need the signatures. Yeah, of course, man. Please. Thanks. Pali? Huh? Sign. You didn't sign. I guess the pen didn't work. Sorry about that. Pali, जे तेरी मंगनी ना हुई होंगी फिर तू मन जाना सी। की होया? सुमेर, मैं कॉल कर सकती हूँ? कॉल? सब ठीक है ना? बस दो मिनट। हेलो बापू, मैं पाली बोल दी हूं। पाली, की हाल है पुत्र? तगड़ी है? हाँ, कोर्ट च सी मैं। ओ पाली पुत्र, इतना एवी व्याह है? असली व्याह तो आप इत्थे करांगे, इत्थे आके गज वज के। बापू, मैं आज तक थोड़े तो कुछ नहीं लुकाया। पहली बार थोड़े तो कुछ लुका रही हाँ, तो मैं चंगा नहीं लग रहा। सुमेर बहुत वधिया मुंडा है, मेरा बहुत ख्याल रखता है, पर सच ये है कि मैनू अंबरसर वाला मुंडा पसंद है। मैं उन्हें भी नहीं दसिया, उस तो पहला तेनू दस रही हूं। जे तुसी ना कहोगे तो मैं चुपचाप अंदर जाके ब्याह दे पेपर साइन कर दूंगी। तो उस तो बाद गल खत्म, ना मैं तेरी गल कट्टी है ना कट्टूंगी। जे प्यो पुत्रां वास्ते 40-50 किले जमीन बना के दे सकता है, ती वास्ते 40-50 लाख रुपया खर्च करना भी कोई वड्डी गल नहीं। पर जद तियां कल दे जवाक नाल प्यो दा हाथ छुड़ा के भज जांदियां, तां आउण वालियां 100 तियां वास्ते कबरां पुट दिंदियां। पर जे तियां तेरे वर्गियां होण तां किसे भी प्यो दी पग नूं कदे दाग नहीं लग सकदा। तू फिकर ना कर, वापस आ जा पुत, गल ही कोई नहीं, तू वापस आ जा। पुठी मुड़िया पुत, फिकर ही ना कर। ठीक है बापू, मैं फोन करती। बस
कुछ कहने की लोड़ नहीं, सब सुन लिया मैं। बहुत तेज होंगे ने अंबरसरीए, मैनू पता सी मेरिया जड़ां च बहना ने। चलो एयरपोर्ट छड्डिया मैं, थैंक्स थैंक्स तक ही करना मैं, जे हो सकिया तो अपने सहुरियां तो एक रिश्ता करा दी, होर तां साले दा कुछ बिगाड़ नहीं सकता, एवें भाजी भाजी तो करता फिर करूँ। तेनूं रिश्ता करा दिए रिश्ता आहो तुसी रहन दो ओए की रहन दो तेरे पसंद दी कुड़ी है पिंड दी ओ कुड़ी मेरे नाल आई है ओ खड़ी ना पुआई फुफड़ नूं तू तोले दी मुंदरी ओ गल नहीं हैगी जी ओए होर की गल है जा जाके गल करके आ ओए जा भी ओह तुसी मैनूं गलत ना समझो जी आवें अंकल दी कुड़ी दे प्यार चक्कर च पै गया सीगा थोनू नहीं पता ए दोनों प्योती ना मैनूं बर्फ चलाउण नूं फिरदे आ पाली तू जो पिंड छड़न आया सी टिकट दे पैसे लेके नहीं गया ओ देन आई है ओ जट तेरी सारी उम्र दे टिकटा भरन फिरदा तू एक टिकट रोई जानी आ नल टिकट वाली गल छड़ तेनू फाजिल का तो जुती मंगवा दा लैक्मी दी पेंसिल वाला सुरमा ना ले ला ओ सुरमा की करना तू सारी उम्र तेरी अखा च मैं बसया रहना तू छड़ सुरमे नू नलिया तेरे बापू ने दाज दूजी गल नहीं की कार दूगा वो थप्पड़ ना दे दू अच्छा अब्बा धूमे हो गए हार परवान दे चल काटी गूटी लिए चन्नप्पा अब्बा धूमे हो गए हार परवान दे चल काटी गूटी लिए चन्नप्पा हाँ जी कैमें लगी फिर ठीक सी आओ चलिए फिर आओ जी आओ जीरकपुर राजपुरा पटियाला भवानीगढ़ संगरूर तनौला बरनला रामपुरा बठिंडा नौ सौ आओ भी आओ चलो 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 बाकी जिथे तुम कहो उ छड़ देंगे चल दुनिया नू दईए नी हला अब्बा धूमे हो गए हार परवान दे चल काटी गूटी लईए चन्नप्पा अब्बा धूमे हो गए हार परवान दे चल काटी गूटी लईए चन्नप्पा हाण दिया बेलिया नू शक हो
ਜਦੋਂ ਹੱਸਦੀ ਤੂੰ ਬਿੱਲੋ ਨੀ ਵੀ ਪਾ ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨ ਪਾ ਆਪਾਂ ਦੋਵੇਂ